ਜਿੱਥੇ ਗਰੀਬ ਸੜਕਾਂ 'ਤੇ ਸੁੱਤੇ ਨੇ ਕਾਰਾਂ ਵਿੱਚ ਘੁੰਮਦੇ ਕੁੱਤੇ ਨੇ, ਜਿੱਥੇ ਗਰੀਬ ਸੜਕਾਂ 'ਤੇ ਸੁੱਤੇ ਨੇ ਕਾਰਾਂ ਵਿੱਚ ਘੁੰਮਦੇ ਕੁੱਤੇ ਨੇ, ਕਿਰਤੀ ਦੇ ਬੱਚੇ ਭੁੱਖੇ ਨੇ, ਜਿਸ ਦੇਸ਼ ਦੇ ਲੀਡਰ ਲੁੱਚੇ ਨੇ। ਮੈਂ ਉਸ ਦੇਸ਼ ਦਾ ਵਾਸੀ ਹਾਂ ਜੀ, ਮੈਂ ਉਸ ਦੇਸ਼ ਦਾ ਵਾਸੀ ਹਾਂ ਜਿੱਥੇ ਹਰ ਥਾਂ ਰਿਸ਼ਵਤ ਖੋਰੀ ਏ, ਜਿੱਥੇ ਚੱਲਦੀ ਸੀਨਾ ਜੋਰੀ ਹੈ, ਜਿੱਥੇ ਔਰਤ ਕੁੱਟਦੀ ਰੋੜੀ ਹੈ ਅਤੇ ਬੱਚੇ ਹੱਥ ਹਥੌੜੀ ਹੈ। ਮੈਂ ਉਸ ਦੇਸ਼ ਦਾ ਵਾਸੀ ਹਾਂ ਜੀ, ਮੈਂ ਉਸ ਦੇਸ਼ ਦਾ ਵਾਸੀ ਹਾਂ ਜਿੱਥੇ ਹੱਕ ਨਾ ਮਿਲਣ ਹੱਕਦਾਰਾਂ ਨੂੰ, ਸ਼ੌਹਰਤ ਮਿਲੇ ਗਦਾਰਾਂ ਨੂੰ, ਜਿੱਥੇ ਸ਼ਰਮ ਨਹੀਂ ਸਰਕਾਰਾਂ ਨੂੰ, ਜਿੱਥੇ ਪੁਲਿਸ ਲਾਉਂਦੀ ਦਸਤਾਰਾਂ ਨੂੰ। ਮੈਂ ਉਸ ਦੇਸ਼ ਦਾ ਵਾਸੀ ਹਾਂ ਜੀ, ਮੈਂ ਉਸ ਦੇਸ਼ ਦਾ ਵਾਸੀ। ਮੇਰੇ ਭਾਰਤ ਮਹਾਨ ਬਾਰੇ ਕਿਸੇ ਲੇਖਕ ਵੱਲੋਂ ਕਹੀਆਂ ਹੋਈਆਂ ਤਾਰੀਫ ਦੇ ਵਿੱਚ ਇਹਨਾਂ ਲਾਈਨਾਂ ਦੇ ਨਾਲ ਮੈਂ ਜਗਤਾਰ ਸਿੰਘ ਜੱਗੀ ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦਾ ਲਾਈਵ ਸ਼ੋਅ ਲੈ ਕੇ। ਸਭ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਮੇਰੇ ਭਾਰਤ ਮਹਾਨ ਦੀ ਤਾਰੀਫ ਹੋਈ ਹੈ ਥੋੜ੍ਹੀ ਜਿਹੀ, ਸੋ ਇਹਦੇ ਨਾਲ ਲੱਗਦੀਆਂ ਗੱਲਾਂ ਬਾਤਾਂ ਇੱਕ ਦੋ ਕਰੀ ਦੀਆਂ ਪੰਜਾਬ ਦੀਆਂ, ਜਿਹੜੀਆਂ ਕਿ ਗਰਮ ਹੁੰਦੀਆਂ ਪੂਰੀਆਂ। ਪਹਿਲੀ ਖਬਰ ਤਾਂ ਇਹ ਬੜੀ ਵੱਡੀ ਹੈਗੀ ਹੈ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਹੈਗੇ ਨੇ ਪ੍ਰਚਾਰਕ, ਉਹਨਾਂ ਨੇ ਕੁਛ 19-21 ਕਹੀ ਹੈ। ਉਸ 19-21 ਦੀ 24-25 ਬਣਾ ਕੇ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਦੇ ਖਿਲਾਫ਼ ਉਹਨਾਂ ਨੂੰ ਕਹਿੰਦੇ ਵੀ ਉੱਥੇ ਅਕਾਲ ਤਖ਼ਤ 'ਤੇ ਬੁਲਾਉਣਾ, ਅਤੇ ਉਸ 24-25 ਦੀ ਢੱਡਰੀਆਂ ਵਾਲੇ ਸਾਹਿਬ ਨੇ 29-30 ਬਣਾ ਕੇ ਇਹ ਕਿਹਾ ਕਿ ਮੈਂ ਪੇਸ਼ ਨਹੀਂ ਹੋਣਾ ਕਿਸੇ ਉਹਦੇ ਅੱਗੇ। ਅਤੇ ਉਸ ਤੋਂ ਜਿਹੜੀ ਆ 35-36-37-38-38-40 ਹੈ, ਉਹ ਇਹ ਹੈ ਜੀ ਕਿ ਉਹ ਢੱਡਰੀਆਂ ਵਾਲੇ ਨੂੰ ਅੰਦਰ ਖਾਤੇ ਪੰਥ ਵਿੱਚੋਂ ਛੇਕਣ ਦੀ ਤਿਆਰੀ ਚੱਲ ਰਹੀ ਹੈ। ਇਹਦਾ ਐਂਡ ਰਿਜ਼ਲਟ ਕੀ ਹੋਊਗਾ, ਇਹਦੇ ਪਿੱਛੇ ਕੀ ਹੈ, ਇਹਦੇ ਅੱਗੇ ਕੀ ਹੈ, ਇਹਦਾ ਕਾਰਨ ਕੀ ਹੈ, ਇਹ ਰੱਬ ਹੀ ਜਾਣਦਾ। ਕਿਉਂਕਿ ਪੰਜਾਬ ਦਾ ਕੁਛ ਨਹੀਂ ਪਤਾ ਕਿਹੜੀ ਗੱਲ ਰਾਜਨੀਤੀ ਕਰਕੇ ਹੋ ਰਹੀ ਅਤੇ ਕਿਹੜੀ ਬਿਨਾਂ ਰਾਜ ਤੋਂ। ਵੈਸੇ ਮੇਰਾ ਖਿਆਲ ਆ ਵੀ ਇਹੋ ਜਿਹੜੇ ਵੱਡੇ ਪੰਗੇ ਨੇ ਉਹ ਰਾਜਨੀਤੀ ਤੋਂ ਬਿਨਾਂ ਨਹੀਂ ਹੋ ਸਕਦੇ। ਢੱਡਰੀਆਂ ਵਾਲੇ ਸਾਹਿਬ ਬਾਦਲ ਸਰਕਾਰ ਦੇ ਕਾਫੀ ਟੇਢੇ ਸੀਗੇ ਅਤੇ ਉਹਨਾਂ ਨੂੰ ਪਤਾ ਕਿ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਬਾਦਲ ਸਾਹਿਬ ਦੀ ਹੈ, ਇਸ ਕਰਕੇ ਹੋ ਸਕਦਾ ਉਹ ਪੇਸ਼ ਨਾ ਹੋਣ। ਉਦੋਂ ਬਾਅਦ ਕੀ ਹੁੰਦਾ, ਇਹਦੀ ਉਡੀਕ ਕਰਨੀ ਪੈ ਗਈ। ਦੂਜੀ ਗੱਲ ਆ ਗਈ ਜੀ, ਢੀਂਡਸਾ ਸਾਹਿਬ ਨੇ ਜਿਹੜੀ ਰੈਲੀ ਰੱਖੀ ਸੀ ਉਹਦੇ 'ਚ ਛੋਟੇ ਢੀਂਡਸਾ ਜੀ ਨਹੀਂ ਆਏ। ਇਹਦਾ ਮਤਲਬ ਉਹਨਾਂ ਨੇ ਭਾਪੇ ਆਪਣੇ ਦੀ ਗੱਲ ਨਹੀਂ ਮੰਨੀ, ਵੱਡੇ ਢੀਂਡਸਾ ਸਾਹਿਬ ਦੀ ਅਤੇ ਸੁਖਬੀਰ ਬਾਦਲ ਸਾਹਿਬ ਦੀ ਗੱਲ ਮੰਨੀ। ਤੀਜੀ ਗੱਲ ਬੜੀ ਕਮਾਲ ਦੀ, ਫਿਰੋਜ਼ਪੁਰ ਦਾ ਇੱਕ DC ਹੈ, ਉਹਨੇ ਬੜਾ ਵਧੀਆ ਕੰਮ ਕੀਤਾ। ਉਹ ਮੈਨੂੰ ਲੱਗਦਾ ਵੀ ਇਹੋ ਜਿਹੇ ਅਫਸਰ ਜੇ ਆ ਜਾਣ ਅਤੇ ਸਾਡੇ ਜਿਹੜੇ ਪੰਜਾਬ ਦੇ ਵਿੱਚ ਬਜ਼ੁਰਗ ਰੁਲਦੇ ਨੇ ਜਾਂ ਕਿਸੇ ਨਾਲ ਨਾਇਨਸਾਫ਼ੀ ਹੁੰਦੀ ਆ, ਉਹ ਹੁਣ ਹਟ ਜੂਗੀ। ਬਜ਼ੁਰਗ ਜਿਹੜਾ ਸੀ ਉੱਥੇ ਸਲਵਿੰਦਰ ਸਿੰਘ ਅਤੇ ਮਹਿੰਦਰ ਕੌਰ ਫਿਰੋਜ਼ਪੁਰ ਦਾ, ਬੇਟੇ ਦਾ ਵਿਆਹ ਕੀਤਾ, ਨੂੰਹ ਆਈ, ਪਰ ਮਾੜੀ ਕਿਸਮਤ ਬੇਟੇ ਦੀ ਡੈਥ ਹੋ ਗਈ। ਉਸ ਤੋਂ ਬਾਅਦ ਨੂੰਹ ਨੇ ਉਹਨਾਂ ਨੂੰ ਘਰੋਂ ਬਾਹਰ ਕੱਢਤਾ ਅਤੇ ਜ਼ਮੀਨ ਜਿਹੜੀ ਆ ਉਹ ਵੀ ਵਾਹੁਣ ਨਹੀਂ ਦਿੱਤੀ ਵੀ ਇਹ ਤਾਂ ਮੇਰਾ ਹੱਕ ਆ ਤੁਹਾਡੇ ਮੁੰਡੇ ਦੀ, ਮੈਂ ਅੱਗੇ ਵਾਰਸਾਂ ਤਾਂ ਬੜੀ ਦੇਰ ਕੇਸ ਕੂ ਚੱਲਿਆ। ਅਖੀਰ DC ਆਇਆ, DC ਨੇ ਬਜ਼ੁਰਗ ਜੋੜੇ ਨੂੰ ਗੱਲ ਨਾਲ ਲਾਇਆ। DC ਸਾਊਥ ਦਾ, ਸਾਊਥ ਦਾ DC ਹੈ, ਪੰਜਾਬੀ ਨਹੀਂ ਹੈ, ਸਾਊਥ ਦੇ ਵਿੱਚੋਂ ਆਇਆ। ਤਾਂ ਉਹਨੇ ਕਿਹਾ ਬਜ਼ੁਰਗ ਦੇ ਗੱਲ ਨਾਲ ਲਾ ਕੇ ਵੀ ਤੁਸੀਂ ਮੈਨੂੰ ਆਪਣਾ ਪੁੱਤਰ ਸਮਝੋ, ਕਿ ਦੁੱਖ ਸੁੱਖ ਹੋਵੇ ਮੈਨੂੰ ਦੱਸਿਓ। ਤਾਂ ਉਹਨੇ ਹੁਕਮ ਜਾਰੀ ਕਰਕੇ ਤਾਂ ਉਹ ਘਰ ਜਿਹੜਾ ਉਹਨਾਂ ਦਾ ਦੱਬਿਆ ਹੋਇਆ ਸੀ ਉਹ ਵਾਪਸ ਦਵਾਇਆ। ਪਰ ਨੂੰਹ ਫੀਰ ਤੇਜ਼ ਸੀ, ਉਹਨੇ ਹਾਈਕੋਰਟ 'ਚ ਕੇਸ ਕਰਤਾ। ਹਾਈਕੋਰਟ ਨੇ ਫਿਰ ਹਜੇ ਕਿਹਾ ਵੀ ਅੱਧਾ ਅੱਧਾ ਦੋਹਾਂ ਨੂੰ ਘਰ ਦੇ ਦਿਓ ਜਦ ਤੱਕ ਕੇਸ ਚੱਲਦਾ। ਪਰ ਜਿੱਥੇ DC ਨੇ ਜਿਹੜੀ ਵੈਸੇ, ਚਲੋ ਕੇਸ ਕੀ ਹੁੰਦਾ ਕੀ ਨਹੀਂ ਹੁੰਦਾ, ਕਿਹਦੇ ਹੱਕ 'ਚ ਫੈਸਲਾ ਹੁੰਦਾ ਨਹੀਂ ਹੁੰਦਾ, ਇਹ ਬਾਅਦ ਦੀਆਂ ਗੱਲਾਂ ਨੇ, ਪਰ ਇੱਕ ਵਾਰ DC ਨੇ ਸਭ ਦਾ ਮਨ ਜਿਹੜਾ ਉਹ ਜਿੱਤ ਲਿਆ ਬਹੁਤ ਚੰਗੀ ਤਰ੍ਹਾਂ ਦੇ ਨਾਲ। ਚਲੋ ਇੱਕ ਹੋਰ ਜਿਹੜੀ ਖਬਰ ਆਪਾਂ ਜਿਹਦੇ ਅੱਜ ਵਿਸ਼ੇ 'ਤੇ ਵੀ ਉਸੇ 'ਤੇ ਜਾਣਾ, ਖਬਰ ਜਿਹੜੀ ਹੈ ਬੜੀ ਕਮਾਲ ਦੀ ਖਬਰ ਹੈ। ਕਹਿੰਦੇ ਜੀ ਪੰਜਾਬ ਦੇ ਵਿੱਚ ਚਲਾਣਾਂ ਦੇ ਰੇਟ ਵੱਧ ਗਏ ਆ। ਚਲਾਣ ਜਿਹੜੇ ਹੁੰਦੇ ਸੀ ਪਹਿਲਾਂ ਤਾਂ ਮੈਨੂੰ ਇਹ ਨਹੀਂ ਸਮਝ ਹੁੰਦੀ ਵੀ ਚਲਾਣ ਹੁੰਦੇ ਵੀ ਸੀ ਪੰਜਾਬ ਦੇ ਵਿੱਚ। ਚਲਾਣ ਬੁੱਕ ਦਾ ਪਤਾ ਵੀ ਹੈ, ਟ੍ਰੈਫਿਕ ਪੁਲਿਸ ਵਾਲਿਆਂ ਨੂੰ ਕਿਹੋ ਜਿਹੀ ਹੁੰਦੀ ਹੈ। ਚਲਾਣ ਹੁਣ ਵਧਾ ਤਾ ਜੀ, ਨਵਾਂ ਜਿਹੜਾ ਵਹੀਕਲ ਐਕਟ ਪਾਸ ਕੀਤਾ ਪੰਜਾਬ ਸਰਕਾਰ ਨੇ, ਉਹਦੇ 'ਚ ਬਹੁਤ ਮਹਿੰਗੇ ਮਹਿੰਗੇ ਚਲਾਣ ਕਰਤੇ। ਜਿਹੜੀ ਪਹਿਲੀ 100 ਦੀ ਗੱਲ ਸੀ ਉਹ 1000 ਦੇ ਵਿੱਚ ਹੋ ਗਈ। ਲਾਈਟ ਕੋਈ ਜਿਹੜੀ ਟੱਪ ਦੇ, ਪਹਿਲੀ ਗੱਲ ਤਾਂ ਲਾਈਟਾਂ ਹੈ ਕਿਹੜੀਆਂ, ਮੈਨੂੰ ਇਹ ਨਹੀਂ ਸਮਝ ਆਈ ਵੀ ਲਾਈਟਾਂ ਪੰਜਾਬ ਦੇ ਵਿੱਚ ਹੈ ਕਿਹੜੀਆਂ, ਜਿਹੜੀਆਂ ਰੈੱਡ ਲਾਈਟ ਕ੍ਰੋਸ ਕਰਨੀ ਹੈਗੀਆਂ। ਚਲੋ ਕਈ ਜਗ੍ਹਾ 'ਚ ਵੱਡੇ ਸ਼ਹਿਰਾਂ 'ਚ ਹੈਗੀਆਂ ਨੇ, ਅਤੇ ਉਹ 500 ਪਹਿਲੀ ਵੇਰ ਤਾਂ ਅਗਲੀ ਵੇਰ ਕਰਦੀਆਂ, ਤਾਂ 1000 ਉਹਨਾਂ ਨੇ ਕਰਤਾ ਸੁੱਖ ਨਾਲ। ਲਾਈਸੈਂਸ ਨਹੀਂ ਹੈ ਤਾਂ 5000, ਠੀਕ ਹੈ ਜੀ। ਫਿਰ ਲਾਈਸੈਂਸ ਤੋਂ ਬਿਨਾਂ ਚਲਾਉਣੀ ਹੋ ਗੱਡੀ, ਇੱਕ ਵਾਰੀ ਚਲਾਉਣ ਹੋਣ ਤੋਂ ਬਾਅਦ ਫਿਰ 10000। ਸੀਟ ਬੈਲਟ ਦਾ ਇਹਦੇ 1500 ਸਾਰੇ ਕਾਸੇ ਦਾ,
ਔਰ ਕਾਨੂੰਨ ਪਾਸ ਕਰਕੇ ਜਦੋਂ ਲੀਡਰਾਂ ਦੀਆਂ ਗੱਡੀਆਂ ਉੱਥੋਂ ਨਿਕਲੀਆਂ ਧੜਾ ਧੜ ਬਾਹਰ ਗਈਆਂ, ਆਪੋ ਆਪਣੇ ਘਰਾਂ ਨੂੰ ਜਾਣ ਲੱਗੀਆਂ ਮੀਟਿੰਗ ਤੋਂ ਬਾਅਦ, ਅਤੇ ਕੈਮਰੇ ਵਾਲਿਆਂ ਨੇ ਉਦੋਂ ਹੀ ਕੈਦ ਕਰ ਲਿਆ। ਕਿਸੇ ਲੀਡਰ ਨੇ ਬੈਲਟ ਲਾਈ ਹੀ ਨਹੀਂ ਸੀ, ਡਰਾਈਵਰ ਨੇ ਬੈਲਟ ਲਾਈ ਸੀ, ਨਾਲ ਲੀਡਰ ਬੈਠਾ ਉਹਦੇ ਲਈ, ਉਹਨੇ ਨਾਲ ਦੀ ਸੀਟ 'ਤੇ ਕਿਸੇ ਨੇ ਬੈਲਟ ਨਹੀਂ ਲਾਈ ਹੁੰਦੀ। ਇਹ ਹੈਗਾ ਜੀ ਕਾਨੂੰਨ ਪਾਸ ਕਰਨ ਵਾਲਿਆਂ ਦਾ ਹਾਲ। ਮੋਬਾਈਲ ਕਹਿੰਦੇ ਜੀ ਹੁਣ ਸੁਣੋਗੇ ਤਾਂ 10,000 ਰੁਪਇਆ ਜੁਰਮਾਨਾ ਹੋਣਾ ਜੇ ਚੱਲਦੀ ਗੱਡੀ 'ਚ ਮੋਬਾਈਲ ਸੁਣੋਗੇ, ਸਿਗਰਟ ਪੀਓਗੇ ਤਾਂ ਵੀ 500 ਜੁਰਮਾਨਾ ਹੈਗਾ ਕੁਛ ਇਹੋ ਜਿਹਾ ਕੀਤਾ। ਮੁੱਕਦੀ ਗੱਲ ਇਹ ਹੋ ਗਈ ਜੀ ਵੀ ਜਿੱਥੇ ਪਹਿਲਾਂ ਫੋਨ ਸੁਣਦੇ ਕਿਤੇ ਫੜੇ ਜਾਂਦੇ ਸੀ ਅਤੇ ਪੁਲਿਸ ਵਾਲਾ ਇਹ ਕਹਿੰਦਾ ਸੀ ਵੀ 1100 ਰੁਪਇਆ ਜੁਰਮਾਨਾ ਇਹਦਾ, ਤੂੰ ਐਂ ਕਰ 200 ਦੇ ਦੇ ਚਲੇ ਜਾ। ਹੁਣ ਫਿਰ ਬਈ ਜੇ ਮੋਹ ਕਹਿੰਦੇ ਆਪਾਂ ਜਿਹਨੂੰ ਮੋਹ ਮੁਹੱਬਤ ਕਹਿੰਦੇ, ਪਿਆਰ ਮੁਹੱਬਤ ਜਿਹੜੀ ਹੈਗੀ ਪੁਲਿਸ ਦੀ, ਉਹ ਇਹ ਹੋ ਜਾਏਗਾ ਵੀ ਜਿੱਥੇ ਪਹਿਲਾਂ 200 ਸੀਗਾ ਉੱਥੇ ਹੁਣ 2000 ਤੱਕ ਦੇਣਾ ਪੈ ਸਕਦਾ ਤੁਹਾਨੂੰ ਪੁਲਿਸ ਨੂੰ। ਔਰ ਕਿਉਂਕਿ ਨਵਾਂ ਇਹ ਜਿਹੜਾ ਐਕਟ ਹੈਗਾ, ਔਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਸ ਐਕਟ ਦੇ ਵਿੱਚ ਪੁਲਿਸ ਵਾਲੇ ਅਤੇ ਲੀਡਰ ਕਿਉਂ ਨਹੀਂ ਆਉਂਦੇ ਜਿਹੜੇ ਕਾਨੂੰਨ ਦੀਆਂ ਧੱਜੀਆਂ ਅੜਾਉਂਦੇ ਨੇ। ਔਰ ਮੈਂ ਕਈ ਵਾਰੀ ਅਸੀਂ ਇੱਧਰ ਗੱਲਬਾਤ ਵੀ ਕਰੀ ਦੀ, ਤੁਹਾਡੇ ਨਾਲ ਵੀ ਗੱਲਬਾਤ ਕਰੀ ਦੀ, ਕਿਤੇ ਦੋਸਤ ਮਿੱਤਰ ਇਕੱਠੇ ਹੋਈਏ ਉੱਥੇ ਵੀ ਗੱਲਬਾਤ ਕਰੀ ਦੀ ਹੈ ਵੀ ਇੱਧਰਲੇ ਮੁਲਕਾਂ ਦੇ ਵਿੱਚ ਕਿੰਨਾ ਵਧੀਆ ਸਿਸਟਮ ਹੈ। ਕੋਈ ਮੰਤਰੀ ਸੀ ਸ਼ਾਇਦ ਕਿ ਪ੍ਰਧਾਨ ਮੰਤਰੀ ਸੀ ਕਿਸੇ ਮੁਲਕ ਦਾ, ਅਤੇ ਉਹਨੇ ਓਵਰ ਸਪੀਡ ਕਿਤੇ ਹੋਇਆ, ਪਿੱਛੋਂ ਪੁਲਿਸ ਵਾਲੇ ਲਾਈਟਾਂ ਮਾਰੀਆਂ, ਗੱਡੀ ਸਾਈਡ 'ਤੇ ਲਾ ਲਈ। ਉਹ ਕਹਿੰਦਾ ਵੀ ਆਈ ਐਮ ਫਲਾਨਾ ਮਿਨਿਸਟਰ, ਉਹ ਕਹਿੰਦਾ ਜੀ ਆਈ ਨੋ ਸਰ ਵੈਰੀ ਵੈਲ, ਸਲਿਊਟ ਆ ਤੁਹਾਨੂੰ। ਅਤੇ ਉਹ ਕਹਿੰਦੇ ਫਿਰ ਕਹਿੰਦੇ ਜੀ ਇਹ ਕਾਨੂੰਨ ਵੀ ਤੁਹਾਡਾ ਬਣਾਇਆ ਹੋਇਆ, ਜੇ ਮੈਂ ਤੁਹਾਡੇ 'ਤੇ ਲਾਗੂ ਨਹੀਂ ਕਰੂੰਗਾ ਤਾਂ ਮੈਂ ਹੋਰਾਂ 'ਤੇ ਕਿੱਦਾਂ ਕਰੂੰ। ਉਹ ਕਹਿੰਦਾ ਜੀ ਵੈਰੀ ਨਾਈਸ। ਉਹਨੇ ਅਗਲੇ ਦਿਨ ਪੁਲਿਸ ਵਾਲੇ ਨੂੰ ਬੁਲਾ ਕੇ ਦਫ਼ਤਰ ਦੇ ਵਿੱਚ ਉਹਦੀ ਤਰੱਕੀ ਕਰਤੀ ਹੋਰ, ਵੀ ਤੂੰ ਬਹੁਤ ਵਧੀਆ ਕੰਮ ਕੀਤਾ। ਪੰਜਾਬ ਦੇ ਵਿੱਚ ਕਿਤੇ ਹਾਰੇ ਹੋਏ ਚੇਅਰਮੈਨ, ਹਾਰੇ ਹੋਏ MLA ਦੀ ਕਿਤੇ ਚਲਾਨ ਕੱਟ ਕੇ ਦੇਖ ਲਓ ਕੀ ਹਾਲ ਕਰਦੇ ਨੇ। ਆ ਭਾਰਤ ਭੂਸ਼ਣ ਆਸ਼ੂ ਜਿਹੜਾ ਪੰਜਾਬ ਦਾ ਮੰਤਰੀ ਆ, ਉਹ DSP ਦੇ ਕਿੰਨਾ ਮਗਰ ਪਿਆ ਹੋਇਆ, ਹਾਲਾਂਕਿ DSP ਪੜ੍ਹ ਲਿਖ ਕੇ ਆਪਦੀ ਜੋਬ 'ਤੇ ਆਇਆ ਹੋਣਾ, ਅਤੇ ਲੀਡਰ ਦੀ ਤਾਂ ਪੜ੍ਹਾਈ ਲਿਖਾਈ ਦੀ ਗੱਲ ਹੀ ਕੋਈ ਨਹੀਂ। IAS ਆਫਿਸਰ ਜਿਹੜਾ ਇੰਨੀ ਮਿਹਨਤ ਕਰਕੇ IAS ਬਣਦਾ, ਉਹਨੂੰ ਮੁੜ ਕੇ ਫਿਰ ਇਹ ਲੀਡਰ। ਬੜੇ ਕੇਸ ਹੋਏ ਨੇ ਸਿੱਖਿਆ ਵਿਭਾਗ ਦੇ ਵਿੱਚ ਸੀ ਕ੍ਰਿਸ਼ਨ ਕੁਮਾਰ ਜੀ, ਬੜੇ ਵਧੀਆ ਸੀ ਮਿਲੇ ਉਹਨੂੰ, ਇੰਨੇ ਕਮਾਲ ਦੇ ਬੰਦੇ, ਇੰਨੇ ਕਮਾਲ ਦੇ ਅਫਸਰ, ਵੀ ਜਿਹੜੇ ਜ਼ਿਲ੍ਹੇ 'ਚੋਂ ਰਹੇ ਉੱਥੇ ਅਬੋਰਸ਼ਨ ਨਾਂ ਦੀ ਜਾਂ ਆਹ ਲੈਂਗ ਟੈਸਟ ਵਾਲੇ ਬਿਲਕੁਲ ਖਤਮ ਹੋ ਗਏ ਸੀ, ਬਲੈਕ ਖਤਮ, ਸਿਲੰਡਰ ਬਲੈਕ ਸਾਰੀ ਖਤਮ। ਉਹ ਆਪ ਪੜਨਾ ਜਿਹਾ ਬੰਨ ਕੇ ਚੱਲ ਜਾਂਦਾ, ਦੇਖਣ ਨੂੰ ਲੱਗਦਾ ਇੱਦਾਂ ਸੀ ਜਦੋਂ ਬਿਹਾਰ ਤੋਂ ਆਇਆ ਹੁੰਦਾ, ਪਰ ਬੰਦਾ ਉਹਨੂੰ ਜਦੋਂ ਹੁਣ ਪੰਜਾਬ ਦੇ ਸਿੱਖਿਆ ਮੰਤਰੀ ਨੇ ਉਸ ਸਿੱਖਿਆ ਦਾ ਬਣਾਤਾ DGO, ਤਾਂ ਸਿੱਖਿਆ ਮੰਤਰੀ ਜਿਹੜੇ ਅਨਪੜ੍ਹ ਸੀ ਉਦੋਂ ਤੋਤਾ ਸਿੰਘ ਜੀ ਸੀਗੇ, ਉਹਨਾਂ ਨੂੰ ਉਹ ਪਚੇ ਨਹੀਂ ਵੀ ਇਹ ਚੰਗਾ ਕੰਮ ਕਿਉਂ ਕਰੀ ਜਾਂਦੇ ਆ, ਅਤੇ ਉਹ ਉਹਨਾਂ ਨੂੰ ਟ੍ਰਾਂਸਫਰ ਕਰਤਾ। ਸੋ ਮੁੱਕਦੀ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਜਿਹੜੇ ਹੁਣ ਕਾਨੂੰਨ ਲਾਗੂ ਹੋਏ ਨੇ, ਆਪਾਂ ਜੇ ਕਾਨੂੰਨ ਦੀ ਗੱਲ ਕਰੀਏ ਤਾਂ ਟ੍ਰੈਫਿਕ ਦੀ ਗੱਲ ਕਰੀਏ, ਟ੍ਰੈਫਿਕ ਦਾ ਉੱਥੇ ਕੀ ਹਾਲ ਆ ਇਹ ਵੀ ਆਪਾਂ ਨੂੰ ਭਲੀ ਭਾਂਤ ਪਤਾ ਹੈ। ਟ੍ਰੈਫਿਕ ਦੇ ਸੁਧਾਰ ਦੀ ਕੋਈ ਗੱਲ ਨਹੀਂ ਕਰਦਾ, ਇਹ ਇੱਕ ਕਿਸਮ ਦੀ ਸਰਕਾਰ ਦੇ ਖਾਤੇ 'ਚ ਵੀ ਸ਼ਾਇਦ ਘੱਟ ਹੀ ਜਾਵੇ, ਅਤੇ ਪੁਲਿਸ ਵਾਲਿਆਂ ਦੀ ਇੱਕ ਇਨਕਮ ਦਾ ਸਾਧਨ ਜਿਹੜਾ ਹੋਰ ਵਧਾ ਤਾ, ਵੀ ਹੁਣ ਪੁਲਿਸ ਵਾਲੇ ਅੱਗੇ ਜਿਹੜੀ ਕਿ 300 ਵਾਲੀ ਪੀਂਦਾ ਹੋਊ ਤਾਂ ਹੁਣ 600 ਵਾਲੀ ਪੀਆ ਕਰੂਗਾ, ਕਿਹੜਾ ਪੱਲਿਓ ਪੀਣੀ ਹੈ। ਚਲੋ ਖੈਰ, ਸਾਰੇ ਪੁਲਿਸ ਵਾਲੇ ਇੱਕੋ ਜਿਹੇ ਨਹੀਂ ਹੁੰਦੇ, ਬਹੁਤ ਚੰਗੇ ਪੁਲਿਸ ਵਾਲੇ ਵੀ ਹੁੰਦੇ ਜਿਹੜੇ ਸੁਧਾਰ ਚਾਹੁੰਦੇ ਨੇ ਵੀ ਸੁਧਾਰ ਹੋਵੇ, ਪਰ ਉਹਨਾਂ ਨੂੰ ਸੁਧਾਰ, ਫਿਰ ਇਹੀ ਗੱਲ ਆ ਗਈ, ਕਾਨੂੰਨ ਬਣਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਕਾਨੂੰਨ ਇੰਪਲੀਮੈਂਟ ਕਰਨ ਹੀ ਨਹੀਂ ਦਿੰਦੇ। ਪੰਜਾਬ ਦੇ ਵਿੱਚ ਦੇਖੋ ਟਰੱਕ ਟਰਾਂਸਪੋਰਟ ਜਿਹੜੀ ਹੈਗੀ ਆ, ਇੱਧਰਲੇ ਮੁਲਕਾਂ ਦੇ ਵਿੱਚ ਸਭ ਤੋਂ ਨੰਬਰ 1 ਅਗਰ ਕੋਈ ਬਿਜ਼ਨਸ ਹੈਗਾ ਜਿਹਦੇ ਸਾਡੇ ਜ਼ਿਆਦਾ ਪੰਜਾਬੀ ਨੇ, ਤਾਂ ਉਹ ਟਰੱਕਾਂ ਦਾ ਬਿਜ਼ਨਸ ਹੈਗਾ। ਅਤੇ ਪੰਜਾਬ ਦੇ ਵਿੱਚ ਟਰੱਕਾਂ ਦਾ ਹਾਲ ਦੇਖ ਲਓ, ਸਰਕਾਰੀ ਬੱਸਾਂ ਦਾ ਹਾਲ ਦੇਖ ਲਓ, ਜਦੋਂ ਦੀਆਂ ਇਹਨਾਂ ਦੀਆਂ ਆਪਣੀਆਂ ਬੱਸਾਂ ਆਈਆਂ ਨੇ ਵੱਡੇ ਲੀਡਰਾਂ ਦੀਆਂ, ਅਤੇ ਰੋਡਵੇਜ਼ ਤਾਂ ਵਿਚਾਰੀ ਰੋਣ ਹੀ ਲੱਗ ਪਈ, ਕਹਿੰਦੇ ਇੱਕ ਦਿਨ ਤਾਂ ਰੱਬ ਅੱਗੇ ਜਾ ਕੇ ਰੱਬ ਨੂੰ ਉਹਨੇ ਚਿੱਠੀ ਲਿਖ ਕੇ ਰੋਣ ਹੀ ਲੱਗ ਪਈ ਵੀ ਆਹ ਵੱਡੇ ਲੀਡਰਾਂ ਦੀਆਂ ਬੱਸਾਂ ਨੇ ਤਾਂ ਮੈਨੂੰ ਬਰਗਰ ਬਣਾ ਰੱਖਿਆ, ਇੱਕ ਮੂਹਰੇ ਹੁੰਦੀ ਇੱਕ ਪਿੱਛੇ ਹੁੰਦੀ ਆ, ਸਾਡੇ ਸਵਾਰੀ ਬਹਿ ਨਹੀਂ ਦਿੰਦੀਆਂ। ਸੋ ਇਹ ਗੱਲ ਕਰਦੇ ਹਾਂ ਵੀ ਇਹ ਸਿਸਟਮ ਜਿਹੜਾ ਹੈਗਾ, ਇਹ ਜਿਹੜਾ ਲਾਗੂ ਹੋਇਆ, ਕੋਈ ਐਕਟ ਲਾਗੂ ਹੋਇਆ, ਚਾਹੇ ਆ ਫਾਸਟ ਟੈਗ ਲਾਗੂ ਹੋਇਆ, ਫਾਸਟ ਟੈਗ ਬੜੀ ਚੰਗੀ ਗੱਲ ਹੈ, ਟਾਈਮ ਬਚਦਾ, ਪਰ ਬਣਾਇਆ ਉਹ ਟਾਈਮ ਬਚਾਉਣ ਵਾਸਤੇ ਆ, ਅਤੇ ਉਹ ਲੱਗ ਕਹਿੰਦੇ ਜੀ ਉੱਥੇ ਪੌਣੇ ਪੌਣੇ ਘੰਟੇ ਦਾ ਜਾਮ ਲੱਗਦਾ। ਇਹ ਚੀਜ਼ਾਂ ਜਿਹੜੀਆਂ ਸਾਡੇ ਮੁਲਕ ਦੇ ਵਿੱਚ ਹੁੰਦੀਆਂ ਨੇ, ਉਹਦੇ ਬਾਰੇ ਅੱਜ ਗੱਲ ਕਰਨੀ ਆ। ਖਾਸ ਤੌਰ 'ਤੇ ਇਹ ਗੱਲ ਕਰਨੀ ਹੈ ਕਿ ਜਿਹੜੇ ਆ ਟ੍ਰੈਫਿਕ ਦੇ ਕਾਨੂੰਨ ਬਣੇ ਨੇ ਨਵੇਂ, ਟ੍ਰੈਫਿਕ ਦੇ ਚਲਾਨ ਦੇ ਰੇਟ ਵਧਾਏ ਆ, ਉਹਦਾ ਕਿਹਨੂੰ ਫਾਇਦਾ ਹੋਊ ਅਤੇ ਕਿਹਨੂੰ ਨੁਕਸਾਨ ਹੋਊ, ਨੰਬਰ 1।
ਨੰਬਰ 2 'ਤੇ ਕੀ ਤੁਹਾਨੂੰ ਲੱਗਦਾ ਹੈ ਵੀ ਇਸ ਚਲਾਣਾਂ ਦੇ ਰੇਟ ਵਧਣ ਦੇ ਨਾਲ ਲੋਕ ਜਿਹੜੀਆਂ ਵੀ ਗਲਤੀਆਂ ਕਰਦੇ ਨੇ ਉਹ ਹਟ ਜਾਣਗੇ? ਮੈਂ ਅੱਗੇ ਵੀ ਗੱਲ ਕਰਦਾ ਹੁੰਦਾ, ਮੈਂ ਚੰਡੀਗੜ੍ਹ ਰਿਹਾ ਬਹੁਤ ਦੇਰ, ਚੰਡੀਗੜ੍ਹ ਦੇ ਵਿੱਚ ਕਦੇ ਨਹੀਂ ਕੋਈ ਦੇਖਿਆ ਲਾਈਟ ਟੱਪਦਾ, ਰੈੱਡ ਲਾਈਟ ਕ੍ਰੋਸ ਕਰਦਾ, ਚੰਡੀਗੜ੍ਹ 'ਚ ਕਦੇ ਨਹੀਂ ਕੋਈ ਬੰਦਾ ਦੇਖਿਆ ਬੈਲਟ ਤੋਂ ਬਿਨਾਂ, ਸੀਟ ਬੈਲਟ ਤੋਂ, ਚੰਡੀਗੜ੍ਹ 'ਚ ਕਦੇ ਇਹ ਨਹੀਂ ਦੇਖਿਆ ਕੋਈ ਹੈਲਮਟ ਤੋਂ ਬਿਨਾਂ ਜਾਂਦਾ ਹੋਵੇ। ਮੋਹਾਲੀ ਉਹ ਬੰਦਾ ਤੁਰਦਾ, ਚੰਡੀਗੜ੍ਹ ਜੋਬ ਕਰਦਾ, ਸੈਕਟਰੀਏਟ ਜੋਬ ਕਰਦਾ, ਕਿਤੇ ਕਰਦਾ, ਕੋਈ ਹੈਲਮਟ ਨਹੀਂ, ਕੋਈ ਸੀਟ ਬੈਲਟ ਨਹੀਂ, ਅਤੇ ਜਦੋਂ ਚੰਡੀਗੜ੍ਹ 'ਚ ਐਂਟਰ ਕਰਨ ਲੱਗਦਾ ਤਾਂ ਉਦੋਂ ਚੇਤਾ ਆ ਜਾਂਦਾ ਵੀ ਉਹ ਸੀਟ ਬੈਲਟ ਲਾ ਲਈਏ ਯਾਰ, ਹੈਲਮਟ ਲਾ ਲਈਏ ਯਾਰ, ਵੀ ਚੰਡੀਗੜ੍ਹ ਵਾਲਿਆਂ ਨੂੰ ਬਖਸ਼ਣਾ ਨਹੀਂ। ਚੰਡੀਗੜ੍ਹ ਦੇ ਵਿੱਚ ਫਿਰ ਬਹੁਤ ਵੱਡਾ ਸਿਸਟਮ ਹੈਗਾ, ਚੰਡੀਗੜ੍ਹ ਦੇ ਵਿੱਚ ਬਹੁਤ ਵਧੀਆ ਗੱਲ ਹੈਗੀ ਆ ਕਿ ਉੱਥੇ ਕਿਸੇ ਕਾਰਨ ਕੀ ਚੰਡੀਗੜ੍ਹ ਦਾ ਇਹ ਐਡੀ ਸੜਕ ਹੈ ਵਿਚਾਲੇ, ਸੜਕ ਹੈ ਜੀ ਸੜਕ ਦੇ ਇੱਧਰਲੇ ਪਾਸੇ, ਅਸੀਂ ਕੋਈ ਰੂਲ ਨਹੀਂ ਮੰਨਦੇ ਇੱਧਰਲੇ ਪਾਸੇ ਮੰਨਦੇ ਹਾਂ, ਮਤਲਬ ਇਹ ਵੀ ਇੱਧਰ ਤੁਹਾਡੇ ਕੋਲ ਆਪਸ਼ਨਸ ਹੈਗੀਆਂ ਬਹੁਤ, ਵੀ ਚੱਲ 500 ਲੱਗਣਾ ਤਾਂ 50 ਦੇ ਕੇ ਛੁੱਟ ਜਾਓਗੇ, 1000 ਲੱਗਣਾ 100 ਦੇ ਕੇ ਛੁੱਟ ਜਾਓਗੇ। ਦੂਜੀ ਗੱਲ ਇਹ ਹੈ ਵੀ ਜਿਹਦੀ ਚੱਲਦੀ ਹੈ ਕਾਰਾਕੁਰਾ ਵਾਲਿਆਂ ਦੀ ਉਹ ਮੰਤਰੀ ਤੋਂ ਫੋਨ ਕਰਾ ਦੇਣਗੇ, ਉੱਧਰ ਆਪਸ਼ਨਸ ਨੇ, ਇੱਧਰ ਆਪਸ਼ਨ ਕੋਈ ਨਹੀਂ ਹੈ, ਕਿਸੇ ਮੰਤਰੀ ਤੋਂ ਫੋਨ ਨਹੀਂ ਚੱਲਣਾ ਤਾਂ ਕੁਝ ਨਹੀਂ ਚੱਲਣਾ, ਅਤੇ ਇੱਧਰ ਸਾਰੇ ਆਪਾਂ ਫਿਰ ਰੂਲ ਫੋਲੋ ਕਰਦੇ ਇਹ ਚੰਡੀਗੜ੍ਹ 'ਤੇ ਇਹਦਾ ਫਰਕ ਹੈਗਾ ਬਹੁਤ ਜ਼ਿਆਦਾ। ਸੋ ਇਸ ਮੈਂ ਵੀ ਉੱਥੇ ਵੀ ਇੱਕ ਵਾਰੀ ਗੱਲ ਕੀਤੀ ਸੀਗੀ, ਇੱਥੇ ਲੁਧਿਆਣੇ ਦੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ, ਸਿਸਟਮ ਦੀ ਟ੍ਰੈਫਿਕ ਦੀ ਗੱਲ ਸਾਂਝੀ ਕੀਤੀ ਸੀ, ਸਮਰਾਲਾ ਚੌਂਕ ਦੇ ਉੱਪਰ ਮੂਹਰੇ ਇੱਕ ਰੈੱਡ ਲਾਈਟ ਸੀਗੀ ਤਾਂ ਅਸੀਂ ਖੜ੍ਹੇ ਸੀ, ਠੀਕ ਹੈ, ਜਲੰਧਰੋਂ ਆ ਰਹੇ ਸੀ ਉੱਧਰੋਂ ਖੜ੍ਹੇ ਸੀਗੇ, ਅਤੇ ਇੱਕ ਬੱਸ ਆਈ ਵੱਡੇ ਸ਼ੀਸ਼ੇ ਵਾਲੀ, ਵੱਡੇ ਸ਼ੀਸ਼ੇ ਵਾਲੀਆਂ ਬੱਸਾਂ ਤਾਂ ਤੁਹਾਨੂੰ ਪਤਾ ਹੀ ਕਿਹਦੀਆਂ, ਅਤੇ ਉਹ ਬੱਸ ਆਈ ਉਹ ਰੈੱਡ ਲਾਈਟ 'ਚ ਗਈ ਅੱਗੇ, ਅੱਗੇ ਵਿਚਾਲੇ ਖੜ੍ਹ ਗਈ, ਜਦੋਂ ਹੁਣ ਸਾਡੀ ਗ੍ਰੀਨ ਲਾਈਟ ਹੋਈ ਉਹ ਵਿਚਾਲੇ ਬੱਸ ਖੜ੍ਹੀ ਅੱਗੇ, ਕੀ ਕਰਾਂਗੇ ਉੱਥੇ ਸਿਸਟਮ। ਭਗਵੰਤ ਮਾਨ ਹੁਣੀ ਨਾਲ ਸੀਗੇ ਇਕੱਠੇ, ਉਦੋਂ ਅਸੀਂ ਗੱਡੀ ਗਾਂਹ ਲਾ ਕੇ ਅਤੇ ਪੁਲਿਸ ਵਾਲਾ ਉੱਥੇ ਖੜ੍ਹਾ ਸੀ, ਇੱਕ ਉਹਨੂੰ ਪੁੱਛਿਆ ਵੀ ਭਾਈ ਸਾਹਿਬ ਤੁਹਾਡੀ ਕਾਹਦੀ ਡਿਊਟੀ ਹੈ? ਉਹ ਕਹਿੰਦਾ ਜੀ ਮੇਰੀ ਡਿਊਟੀ ਟ੍ਰੈਫਿਕ ਕੰਟਰੋਲ ਕਰਨ ਦੀ ਹੈ। ਅਤੇ ਮਾਨ ਸਾਹਿਬ ਕਹਿੰਦੇ ਵੀ ਆਹ ਜਿਹੜੀ ਟ੍ਰੈਫਿਕ ਸੀ ਇਹ ਤੇਰੇ ਕੰਟਰੋਲ ਦੇ ਬੱਸ ਵਿੱਚ ਨਹੀਂ ਆਉਂਦੀ, ਵੀ ਤੁਸੀਂ ਹੁਣ ਕਿੰਨੀ ਕਿੰਨਾ ਗਲਤ ਉਹਨੇ ਕਿੰਨਾ ਰਿਸਕ ਨਾਲ ਬੱਸ ਚਲਾਈ, ਕਿੰਨੀ ਰਿਸਕ ਦੇ ਨਾਲ ਲਾਈ ਆ, ਵਿਚਾਲੇ ਲਾਈ ਆ। ਉਹ ਕਹਿੰਦਾ ਜੀ ਆ ਜਾਓ ਆਪਾਂ ਹੁਣੇ ਹੀ ਉਹਨੂੰ ਪੁੱਛ ਲੈਂਦੇ ਹਾਂ, ਸ਼ੀਸ਼ਾ ਮਾਰਿਆ, ਡੰਡਾ ਮਾਰਿਆ ਸ਼ੀਸ਼ੇ 'ਚ, ਓਏ ਕਾਗਜ਼ ਕੱਢ। ਉਹਨੇ ਕਾਗਜ਼ ਕੱਢਣ ਦੀ ਵਾਰੀ ਫੋਨ ਫੜਾਇਆ ਪੁਲਿਸ ਵਾਲੇ ਦੇ ਹੱਥ 'ਚ, ਸੁਣੋ ਜੀ ਫਲਾਨੇ ਮੰਤਰੀ ਦਾ ਸਾਲਾ ਬੋਲ ਰਿਹਾ ਮੈਂ, ਅਤੇ ਆਹ ਸਾਡੀਆਂ ਬੱਸਾਂ, ਓਏ ਕਿਉਂ ਤੂੰ ਕੌਣ ਹੁੰਦਾ ਰੁਕਣ ਵਾਲਾ? ਕਹਿੰਦਾ ਜੀ ਦੱਸੋ ਹੁਣ ਕੀ ਕਰੀਏ ਅਸੀਂ। ਇਹ ਹਾਲ ਸਾਡੇ ਪੰਜਾਬ ਦਾ। ਸੋ ਬ੍ਰੇਕ ਤੋਂ ਬਾਅਦ ਜਿਹੜੀ ਆਪਾਂ ਗੱਲਬਾਤ ਕਰਨੀ ਇਹੀ ਕਰਨੀ ਹੈ ਕਿ ਕੀ ਇਹ ਲੱਗਦਾ ਕਿ ਇਹਦੇ ਨਾਲ ਜਿਹੜੀਆਂ ਘਟਨਾਵਾਂ ਹੁੰਦੀਆਂ ਪੰਜਾਬ ਦੇ ਵਿੱਚ ਉਹ ਘੱਟ ਜਾਣਗੀਆਂ, ਜਾਂ ਫਿਰ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਹੈਗਾ ਜਾਂ ਪੰਜਾਬ ਦੇ ਵਿੱਚ ਕਾਨੂੰਨ ਦੇ ਵਿੱਚ ਸੁਧਾਰ ਹੋ ਜੂ ਤੁਹਾਨੂੰ ਲੱਗਦਾ? ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਦਵਿੰਦਰ ਹੋਠੀ ਅੱਜ ਫੜਨ ਉੱਤੇ ਆ, ਸੋ ਸਿੱਧੀਆਂ ਤੁਹਾਡੀਆਂ ਕਾਲਾਂ ਲਵਾਂ। ਬ੍ਰੇਕ ਬਾਅਦ ਦੇਖਦੇ ਰਹੋ ਜਸ ਪੰਜਾਬੀ ਜੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਇੱਕ ਵਾਰ ਫਿਰ, ਅਤੇ ਹੁਣ ਟ੍ਰੈਫਿਕ ਚਲਾਨਾਂ ਦੇ ਰੇਟ ਵਧੇ ਨੇ, ਸੋ ਥੋੜ੍ਹੀ ਬਹੁਤ ਟ੍ਰੈਫਿਕ ਦੀ ਗੱਲ ਕਰਨੀ ਬਣਦੀ ਹੈ, ਮੈਂ ਤੁਹਾਡੀਆਂ ਕਾਲਾਂ ਲੈਣ ਤੋਂ ਪਹਿਲਾਂ ਗੱਲ ਬਾਰੇ ਜ਼ਰੂਰ ਕਰਨੀ ਚਾਹੂੰਗਾ। ਬਹੁਤ ਸਾਰੇ ਲੋਕ ਇੱਧਰ ਇੰਡੀਆ ਗਿਆ ਨੂੰ ਬਹੁਤ ਦੇਰ ਹੋ ਗਈ ਆ, ਬਹੁਤ ਦੇਰ ਹੋ ਗਈ ਆ। ਹੁਣ ਥੋੜ੍ਹਾ ਜਿਹਾ ਹੋ ਸਕਦਾ ਸੁਧਾਰ, ਅਸੀਂ ਕਹੀਏ ਵੀ ਹੋ ਗਿਆ, ਕਿਉਂਕਿ ਵਿਕਾਸ ਬਹੁਤ ਹੋ ਗਿਆ ਨਾ, ਫਿਰ ਇਸ ਕਰਕੇ ਸੁਧਾਰ ਕਹਿੰਦੇ ਹੋ ਗਿਆ। ਸੜਕਾਂ ਮਲਾਈ ਵਰਗੀਆਂ ਬਣ ਗਈਆਂ, ਚਾਹੇ ਜੀਭ ਨਾਲ ਚੱਟ ਲਓ ਅਤੇ ਚਾਹੇ ਉਹਦੇ 'ਚ ਬੰਬ ਮਾਰ ਦਿਓ ਤਾਂ ਟੁੱਟਦੀਆਂ ਨਹੀਂ ਹੈਗੀਆਂ। ਇਹ ਸੁਣਨ 'ਚ ਆਇਆ ਵੀ ਇਹ ਪੰਜਾਬ ਦੇ ਵਿੱਚ ਮਾਹੌਲ ਹੋ ਗਿਆ। ਵੈਸੇ ਕਾਫੀ ਦੇਰ ਪਹਿਲਾਂ ਦੀ ਗੱਲ ਕਰੀਏ, ਅਤੇ ਇੱਥੇ ਪੁੱਛਿਆ ਕੋਈ ਬੰਦਾ ਆਇਆ ਇੰਡੀਆ ਤੋਂ, ਅਤੇ ਇੱਧਰ ਬੰਦੇ ਨੇ ਪੁੱਛਿਆ ਕਿਸੇ ਨੇ, ਜਿਹੜਾ ਕਦੇ ਕਾਫੀ ਦੇਰ ਹੋ ਗਈ 20-25 ਸਾਲ ਇੰਡੀਆ ਗਿਆ ਨਹੀਂ ਸੀ, ਉਹ ਇੰਡੀਆ ਤੋਂ ਆਏ ਬੰਦੇ ਨੇ ਉਹਨੇ ਪੁੱਛਿਆ ਵੀ ਕਿੱਦਾਂ ਉੱਥੇ ਟ੍ਰੈਫਿਕ ਦਾ ਕੀ ਹਾਲ ਚਾਲ ਆ, ਕੋਈ ਸੁਧਾਰ ਹੋਇਆ? ਉਹ ਕਹਿੰਦਾ ਵੀ ਕੋਈ ਸੁਧਾਰ ਨਹੀਂ ਹੋਇਆ, ਟ੍ਰੈਫਿਕ ਦਾ ਇਹ ਹਾਲ ਹੈ ਪੰਜਾਬ ਦੇ ਵਿੱਚ। ਖਾਸ ਤੌਰ 'ਤੇ ਗੱਲ ਕਰੀਏ ਵੀ ਇਉਂ ਸਮਝ ਲਓ ਵੀ ਬਾਕੀ ਸਾਰੇ ਅੰਨੇ ਆ ਰਹੇ ਨੇ, ਤਾਂ ਤੁਸੀਂ ਅੰਨਿਆਂ ਦੇ ਵਿੱਚੋਂ ਆਪਣੀ ਗੱਡੀ ਜਾਂ ਸਕੂਟਰ ਕੱਢ ਕੇ ਲਿਜਾਣਾ, ਸਾਰਿਆਂ ਨੂੰ ਤੁਹਾਡੇ 'ਚ ਵੱਜਣ ਦੀ ਕੋਸ਼ਿਸ਼ ਕਰਨੀ, ਤੁਸੀਂ ਬਚ ਕੇ ਵਿੱਚੋਂ ਨਿਕਲਣਾ, ਇਹ ਤੁਹਾਡੀ ਹਿੰਮਤ ਹੈ ਕਿੰਨਾ ਕੁ ਬਚ ਜਾਂਦੀ। ਵੀ ਜੇ ਸਕੂਟਰ 'ਤੇ ਜਾ ਰਹੇ ਹੋ ਕਹਿੰਦਾ ਸੌਖਾ ਤਰੀਕਾ ਦੱਸਦਾ, ਉਦੋਂ ਸੁਮੋ ਅਤੇ ਕੁਆਲਸ ਹੁੰਦੀਆਂ ਸੀ ਗੱਡੀਆਂ, ਕਾਫੀ ਦੇਰ ਦੀ ਗੱਲ ਹੈ, ਕਾਫੀ ਦੇਰ ਦੀ ਪੁਰਾਣੀ ਗੱਲ ਨਹੀਂ, ਇਹ ਪਿੱਛੇ ਦੀ ਗੱਲ ਹੈ। ਸੁਮੋ ਅਤੇ ਕੁਆਲਸ ਹੁੰਦੀਆਂ, ਸੁਮੋ ਗੱਡੀਆਂ ਕਾਫੀ ਮਸ਼ਹੂਰ ਹੁੰਦੀਆਂ ਸੀ, ਬਹੁਤ ਹੁੰਦੀਆਂ ਸੀ ਟੈਕਸੀਆਂ। ਕਦੇ ਵੀ ਤੁਸੀਂ ਸਕੂਟਰ 'ਤੇ ਜਾ ਰਹੇ ਹੋ ਤਾਂ ਪਿੱਛੇ ਸੁਮੋ ਆ ਰਹੀ ਹੈ, ਅਤੇ ਸਕੂਟਰ ਹੌਲੀ ਕਰਕੇ ਕੱਚੇ ਲਾ ਲਓ ਤਾਂ ਹੌਲੀ ਹੌਲੀ ਤੁਰੇ ਜਾਓ ਤਾਂ ਉਹਨੂੰ ਲੰਘ ਜਾਣ ਦਿਓ। ਕਹਿੰਦੇ ਠੀਕ ਹੈ ਜੀ। ਕਹਿੰਦੇ ਮੰਨ ਲਓ ਤੁਹਾਡੇ ਪਿੱਛੇ ਟਰੱਕ ਆ ਰਿਹਾ, ਅਤੇ ਟਰੱਕ ਆ ਰਿਹਾ ਸਕੂਟਰ ਸਾਈਡ 'ਤੇ ਲਾ ਲਓ, ਅਤੇ ਸਟੈਂਡ 'ਤੇ ਲਾ ਕੇ ਆਪ ਕੋਲ ਖੜ੍ਹ ਜਾਓ, ਅਤੇ ਟਰੱਕ ਨੂੰ ਲੰਘ ਲੈਣ ਜਦੋਂ ਫੇਰ ਤੁਰੋ। ਇਹ ਹਾਲ ਟ੍ਰੈਫਿਕ ਦਾ। ਅਤੇ ਜੇ ਕਿਤੇ ਰੋਡਵੇਜ਼ ਦੀ ਬੱਸ ਪਿੱਛੇ ਆ ਗਈ ਅਤੇ ਫਿਰ ਇਹ ਕਰੋ ਵੀ ਸਕੂਟਰ ਸਾਈਡ 'ਤੇ ਲਾਓ, ਉਹਨੂੰ ਸਟੈਂਡ 'ਤੇ ਲਾਓ, ਉਹ ਤੋਂ ਉੱਤਰ ਕੇ ਆਪ ਦਰਖਤ 'ਤੇ ਚੜ੍ਹ ਜਾਓ, ਕਿਉਂਕਿ ਰੋਡਵੇਜ਼ ਵਾਲੇ ਤਾਂ ਕਹਿੰਦੇ ਵੀ ਬੰਦਾ ਲੱਭ ਲੱਭ ਕੇ ਮਾਰਦੇ ਆ। ਉਹ ਕਹਿੰਦਾ ਵੀ ਲੱਭ ਲੱਭ ਕੇ ਕਿਵੇਂ ਮਾਰਦੇ? ਉਹ ਕਹਿੰਦੇ ਵੀ ਇੱਕ ਬੱਸ ਜਾ ਰਹੀ ਸੀਗੀ, ਅਚਾਨਕ ਡਰਾਈਵਰ ਨੇ ਕੱਟ ਮਾਰਿਆ, ਸਭ ਦੇ ਲੋਕਾਂ ਦਾ ਸਮਾਨ ਸਮੂਨ ਖਿੰਦਰ ਗਿਆ, ਕਿਸੇ ਇੱਧਰ ਕਿਸੇ ਉੱਧਰ ਡਿੱਗੇ ਡੁੱਗੇ ਹੋਏ, ਅਤੇ ਉਹ ਸਾਰੇ ਡਰ ਗਏ ਇੱਕਦਮ, ਅਤੇ ਬੱਸ ਫਿਰ ਅਖੀਰ
ਥੋੜ੍ਹੀ ਦੇਰ ਬਾਅਦ ਕਿਸੇ ਨੇ ਪੁੱਛਿਆ ਭਾਈ ਕੀ ਹੋ ਗਿਆ, ਕਹਿੰਦਾ ਜੀ ਬੰਦਾ ਇੱਕ ਅੱਗੇ ਆ ਗਿਆ ਸੀ। ਉਹ ਕਹਿੰਦਾ ਯਾਰ ਤੂੰ ਇੱਕ ਬੰਦੇ ਪਿੱਛੇ ਆਹ 52 ਸਵਾਰੀਆਂ ਵਿੱਚ ਬੈਠੀਆਂ 52 ਸਵਾਰੀਆਂ ਨੂੰ ਤਾਹਾਂ ਪਹੁੰਚਾ ਲੈਣਾ ਸੀ, ਤੂੰ 52 ਸਵਾਰੀਆਂ ਪਿੱਛੇ ਇੱਕ ਬੰਦੇ ਨੂੰ ਵੀ ਹੇਠਾਂ ਲੈ ਲੈਂਦਾ, ਇੱਕ ਬੰਦੇ ਨੂੰ ਨਾ ਬਚਾਉਣ ਦੀ ਕੋਸ਼ਿਸ਼ ਕਰਦਾ। ਕਹਿੰਦਾ ਜੀ ਉਹਨੂੰ ਬਚਾਉਣ ਦੀ ਨਹੀਂ ਕੋਸ਼ਿਸ਼ ਕਰ ਰਿਹਾ, ਮੈਂ ਉਹਨੂੰ ਹੀ ਲੱਭ ਰਿਹਾ, ਉਹ ਇੱਧਰ ਸੱਜੇ ਖੇਤਾਂ ਵੱਲ ਨੂੰ ਭੱਜ ਗਿਆ ਅਤੇ ਮੈਂ ਉਹਦੇ ਮਗਰ ਬੱਸ ਲਾਈ ਆ ਉਹਨੂੰ ਹੇਠਾਂ ਲੈਣ ਵਾਸਤੇ। ਸੋ ਇਹ ਲੱਭ ਲੱਭ ਕੇ ਕਿਤੇ ਬੰਦੇ ਮਾਰਦੇ ਨੇ। ਟ੍ਰੈਫਿਕ ਦੀ ਗੱਲ ਕਿਤੇ ਵੀ ਕਰ ਲਓ, ਹੁਣ ਸੁਧਾਰ ਹੋ ਗਿਆ, ਨਹੀਂ ਤਾਂ ਬੰਦ ਪਿਆ ਦਰਵਾਜ਼ਾ ਜੋ ਫਾਟਕ ਕੋਟਕਪੂਰੇ ਦਾ, ਬੜੇ ਮਸ਼ਹੂਰ ਗੀਤ ਹੋਏ ਸੀਗੇ ਕਿ ਦਰਵਾਜ਼ਾ ਕੋਟਕਪੂਰੇ ਦਾ ਫਾਟਕ ਬੰਦ ਰਹਿੰਦਾ ਸੀ। ਵੈਸੇ ਮੇਰੇ ਦੇਖਣ ਦੇ ਜਿਹੜੇ ਹੈਗੇ ਨੇ ਕੋਟਕਪੂਰੇ ਵਾਲਾ ਸੀਗਾ ਇੱਕ, ਅਤੇ ਇੱਕ ਮੋਰਿੰਡੇ ਵਾਲਾ ਫਾਟਕ ਹੁੰਦਾ ਸੀਗਾ, ਹੁਣ ਤਾਂ ਬਾਹਰ ਬਾਈਪਾਸ ਬਣ ਗਏ। ਇੱਕ ਜਲੰਧਰ ਰਾਮਾ ਮੰਡੀ ਵਾਲਾ ਫਾਟਕ ਜਿਹੜਾ ਹੁੰਦਾ ਸੀ, ਉੱਥੇ ਪੂਰਾ ਐਨ ਟ੍ਰੈਫਿਕ ਲੱਗੀ ਹੁੰਦੀ ਸੀ ਔਰ ਕਿੰਨਾ ਕਿੰਨਾ ਟਾਈਮ ਉਹਨਾਂ ਫਾਟਕਾਂ ਦੇ ਉੱਪਰ ਲੱਗ ਜਾਂਦਾ ਸੀ। ਇੱਕ ਤਾਂ ਫਾਟਕ ਪਹਿਲਾਂ ਬੰਦ ਕਰ ਦਿੰਦੇ ਉਹ, ਟ੍ਰੇਨ ਆਉਣ ਤੋਂ ਕਾਫੀ ਦੇਰ ਪਹਿਲਾਂ ਉਹ ਪਤਾ ਲੱਗਿਆ ਜਦੋਂ ਕੀਤਾ ਫਿਰ ਭੋਗ ਪੜਤਾਲ ਲੋਕਾਂ ਨੇ, ਵੀ ਉਹ ਜਿਹੜੇ ਉੱਥੇ ਸਮਾਨ ਵਿੱਚ ਨਾਲ ਰੇਹੜੀਆਂ ਰੂੜੀਆਂ ਵਾਲੇ ਉਹਨਾਂ ਕੋਲੋਂ 2-2 ਰੁਪਈਏ ਲੈਂਦੇ ਜੀ ਫਾਟਕ ਵਾਲੇ, ਫਾਟਕ ਜ਼ਿਆਦਾ ਦੇਰ ਬੰਦ ਰੱਖਣ ਦਾ। ਕੁਝ 50 ਵੀ ਹੋਏ ਤਾਂ $100 $100 ਉਹਦਾ ਬਣ ਗਿਆ ਇੱਕ ਵਾਰੀ ਤੱਕ, ਉਹਨੂੰ ਹੋਰ ਕੀ ਚਾਹੀਦਾ ਫਾਟਕ ਬੰਦ ਕਰਨ ਨਾਲ ਨੂੰ ਖੋਲ੍ਹਣ ਨਾਲ ਨੂੰ। ਅਤੇ ਬਾਅਦ 'ਚ ਵੀ ਕਾਫੀ ਦੇਰ ਬੰਦ ਰੱਖਦੇ ਕਈ, ਇੱਧਰ ਦੇਖਿਆ ਵੀ ਲਾਈਟ ਲਾਲ ਹੁੰਦੀ ਹੈ ਇੱਥੇ ਸ਼ਹਿਰਾਂ ਦੇ ਵਿੱਚ ਅਤੇ ਬੰਦੇ ਰੁਕਦੇ ਨੇ, ਉਹ ਲੰਘੀ ਟ੍ਰੇਨ ਜਿਹੜੀ ਹੈਗੀ ਆ ਉਹ ਲਾਈਟ ਹਰੀ ਹੋ ਜਾਂਦੀ ਆ ਗੱਲ ਖਤਮ। ਤੋਂ ਉੱਧਰ ਫਾਟਕ ਖੋਲ੍ਹਦੇ ਵੀ ਕਈ ਵਾਰੀ ਬਹੁਤ ਦੇਰ ਬਾਅਦ ਦੇ ਵਿੱਚ, ਇਉਂ ਲੱਗਦਾ ਵੀ ਉਹਨਾਂ ਨੂੰ ਇਹ ਡਰ ਹੈ ਕਿਤੇ ਟ੍ਰੇਨ ਵਾਪਸ ਨਾ ਆ ਜਾਏ ਕਿਤੇ ਭਾਰਤ ਦੇ ਵਿੱਚ, ਕੋਈ ਪਤਾ ਨਹੀਂ ਇਹੋ ਜਿਹਾ ਕੋਈ, ਪਰ ਉਹ ਦੇਰ ਨਾਲ ਤਾਂ ਹੀ ਖੋਲ੍ਹਦੇ ਤਾਂ ਕਿ ਉਹਨਾਂ ਦਾ ਜਿਹੜਾ ਪੈਸੇ ਪੂਸੇ ਹੋਰ ਬਣ ਜਾਣ। ਪਰ ਉੱਥੇ ਵੀ ਚਲੋ ਉਹਨਾਂ ਦਾ ਵੀ ਕਸੂਰ ਲਾ ਲਓ, ਉਹਨਾਂ ਦਾ ਵੀ ਲਾ ਲਓ, ਪਰ ਉੱਥੇ ਵੀ ਕਸੂਰ ਸਾਡਾ ਹੀ ਬਣਦਾ ਆਮ ਬੰਦਿਆਂ ਦਾ, ਮੇਰੇ ਦੇਖਣ ਦੀ ਜਿਹੜੀ ਗੱਲ ਹੈ ਵੀ ਚਲੋ ਟ੍ਰੇਨ ਦਾ ਫਾਟਕ ਬੰਦ ਹੈ, ਇੱਕ ਗੱਡੀ ਆਈ ਉਹਨੇ ਰੋਕ ਲਈ ਉੱਥੇ, ਉਹਦੇ ਮਗਰ 1-2 ਗੱਡੀਆਂ ਹੋਰ ਰੁਕੀਆਂ ਆਪਣੇ ਪਾਸੇ ਖੱਬੇ ਹੱਥ। ਉਦੋਂ ਬਾਅਦ ਇੱਕ ਆਉਂਦਾ ਹੋਰ ਗੱਡੀ ਵਾਲਾ, ਉਹਦੇ ਬਰਾਬਰ ਗੱਡੀ ਲਾਉਂਦਾ, ਜਿਵੇਂ ਕੋਈ ਇੱਕ ਪਾਰਟੀ ਦੇ ਵਿੱਚ ਕੱਢਦੇ ਹੋ ਕਿਸੇ ਨੂੰ ਅਤੇ ਉਹ ਪ੍ਰਧਾਨ ਨੂੰ ਜਾਂ ਕਿਸੇ ਨੂੰ, ਅਤੇ ਉਹ ਫਿਰ ਆਪਦਾ ਅੱਡ ਪਾਰਟੀ ਬਣਾ ਲੈਂਦਾ, ਇੱਦਾਂ ਹੀ ਮਤਲਬ ਹੋ ਜਾਂਦਾ, ਇੱਦਾਂ ਹੀ ਉਹ ਨਾਲ ਖੜ੍ਹ ਜਾਂਦਾ ਆ ਕੇ। ਉਦੋਂ ਮਗਰੋਂ ਇੱਕ ਹੋਰ ਆਉਂਦਾ ਪਿੱਛੋਂ ਬਾਹਲਾ ਕਾਲਾ, ਉਹਦੇ ਨਾਲ ਤੀਜੀ ਲਾਈਨ ਬਣਾ ਲੈਂਦਾ, ਤੀਜਾ ਫਰੰਟ ਖੜ੍ਹਾ ਕਰ ਦਿੰਦਾ ਵੀ ਸ਼ਾਇਦ ਮੇਰਾ ਵੀ ਕੁਛ ਬਣ ਜਾਂਦਾ, ਚੌਥਾ ਬਿਲਕੁਲ ਉੱਥੇ ਉਹਦੇ ਮੂਹਰੇ ਜਿੱਥੋਂ ਅੱਗਿਓਂ ਗੱਡੀਆਂ ਆਉਣੀਆਂ ਉੱਥੇ ਖੜ੍ਹ ਜਾਂਦਾ ਇਕੱਲਾ ਹੀ ਆਪਦੀ ਪਾਰਟੀ ਬਣਾ ਕੇ, ਅਤੇ ਉਹਨੂੰ ਬੰਦਾ ਪੁੱਛੇ ਵੀ ਜਿਹੜੇ ਉੱਧਰੋਂ ਆਉਣੇ ਉਹ ਵਾਸ ਮੁੜ ਜਾਣ, ਫਿਰ ਕੀ ਕਰਨ ਉਹ। ਤਾਂ ਉਹ ਬੰਦਾ ਜਿਹੜਾ ਸਭ ਤੋਂ ਵੱਧ ਟ੍ਰੈਫਿਕ ਜਿਹਨੇ ਰੋਕੀ ਹੁੰਦੀ ਹੈ, ਸਭ ਤੋਂ ਵੱਧ ਜਿਹਨੇ ਖੱਜਲ ਖੁਆਰ ਸਭ ਨੂੰ ਕੀਤਾ ਹੁੰਦਾ, ਜਿੰਨੀ ਦੇਰ ਉਹ ਲੰਘਦਾ ਨਹੀਂ ਬਾਕੀ ਗੱਡੀਆਂ ਉੱਧਰੋਂ ਉੱਧਰੋਂ ਆਉਂਦੀਆਂ ਨਹੀਂ, ਤਾਂ ਉਹ ਮੁੜ ਕੇ ਗਾਹਾਂ ਰੋਕ ਕੇ ਉੱਥੇ ਗੱਡੀ ਸੰਤਰਿਆਂ ਵਾਲੇ ਕੋਲ ਅਤੇ ਕੇਲੇ ਛਿਲ ਛਿਲ ਖਾਈ ਜਾਂਦਾ ਹੁੰਦਾ ਜਾਂ ਸੰਤਰੇ ਛਿਲ ਕੇ ਖਾਈ ਜਾਂਦਾ ਹੁੰਦਾ। ਫਿਰ ਉਦੋਂ ਬੰਦੇ ਨੂੰ ਬਹੁਤ ਗੁੱਸਾ ਆਉਂਦਾ ਵੀ ਜੀ ਕਰਦਾ ਵੀ ਇਹਨੂੰ ਵੀ ਨਾਲ ਹੀ ਸੰਤਰੇ ਦੇ ਛਿਲ ਦੀਏ, ਵੀ ਇੰਨੀ ਟ੍ਰੈਫਿਕ ਤੂੰ ਖਰਾਬ ਕੀਤੀ, ਜੇ ਤੂੰ 15 ਇੱਥੇ ਹੀ ਆ ਕੇ ਖੜ੍ਹਨਾ ਸੀ ਆ ਕੇ, ਜਾਂ ਉਹੋ ਜਿਹੇ ਆ ਕੇ ਫਿਰ ਉੱਥੇ ਰੇੜੀ ਆ ਅਤੇ ਮੂੰਗਫਲੀ ਵਾਲੇ ਨਾਲ ਬੈਸੀ ਜਾਂਦੇ ਹੁੰਦੇ ਆ ਵੀ ਨਹੀਂ ਹੋਰ ਪਾ 4 ਕਦਾਣੇ ਹੋਰ ਪਾ। ਉਹ ਚੀਜ਼ਾਂ ਜਿਹੜੀਆਂ ਭਾਰਤ ਦੇ ਵਿੱਚ ਹੈਗੀਆਂ ਉਹ ਵੀ ਇਸੇ ਕੈਟਾਗਰੀ 'ਚ ਆਉਂਦੀਆਂ ਵਾ ਵੀ ਜੇ ਚਲਾਣਾਂ ਦੇ ਰੇਟ ਵਧਾਉਣੇ ਆ, ਪੁਲਿਸ ਵਾਲਿਆਂ ਦੀ ਜੇਬਾਂ ਦੇ ਰੇਟ ਵਧਾਉਣੇ ਆ, ਤਾਂ ਨਾਲ ਦੀ ਨਾਲ ਇਹ ਵੀ ਜਿਹੜਾ ਫਰਜ਼ ਹੈਗਾ ਸਾਡੇ ਉੱਥੇ ਬਣਦਾ ਹੈ। ਵੈਸੇ ਦੇਖਣ ਦੇ ਵਿੱਚ ਆਇਆ ਹੁਣ ਕਹਿੰਦੇ ਵੀ ਸੁਧਾਰ ਹੋ ਗਿਆ, ਪੁਲਿਸ ਵਾਲੇ ਵੀ ਬਹੁਤ ਚੰਗੇ ਅਫਸਰ ਆ ਗਏ, ਨਵੇਂ ਮੁੰਡੇ ਪੜ੍ਹੇ ਲਿਖੇ ਜਿਹੜੇ ਆਏ ਨੇ ਉਹ ਚੰਗੇ ਨੇ। ਅਤੇ ਉਹ ਪਹਿਲਾਂ ਤਾਂ ਟੈਕਸੀ ਟਰੱਕ ਅਤੇ ਪੁਲਿਸ ਤਿੰਨਾਂ ਦਾ ਬੜਾ ਕਹਿੰਦਾ ਜਿਵੇਂ ਬੱਦਲਾਂ ਅਤੇ ਮੋਰਾਂ ਦਾ ਰਿਸ਼ਤਾ ਹੁੰਦਾ ਨਾ, ਪੁਲਿਸ ਵਾਲਿਆਂ ਦਾ ਚੋਰਾਂ ਦਾ, ਇਹਨਾਂ ਦਾ ਰਿਸ਼ਤਾ ਐਂ ਹੁੰਦਾ ਸੀਗਾ, ਸਿਸਟਮ ਦੀ ਨਹੀਂ ਉੱਥੇ ਸਮਝ ਆਈ। ਹਰਿਆ ਦਿੱਲੀਓਂ ਬੰਦਾ ਚੱਲਦਾ ਏਅਰਪੋਰਟ ਤੋਂ ਚੱਲਦਾ ਸੀ, ਪਹਿਲਾਂ ਤਾਂ ਏਅਰਪੋਰਟ 'ਤੇ ਵੀ ਕੀ ਕੁਛ ਹੁੰਦਾ ਸੀ ਉਹ ਵੀ ਆਪਾਂ ਨੂੰ ਪਤਾ, ਉਹ ਚਲੋ ਹੁਣ ਠੀਕ ਹੋ। ਦਿੱਲੀਓਂ ਬੰਦਾ ਚੱਲਦਾ ਸੀ, ਟੈਕਸੀ ਜਿਹੜੀ ਉਹ ਖੱਟੇ ਰੰਗ ਦੀ ਅਤੇ ਕਾਲੇ ਰੰਗ ਦੀ ਕਰ ਕੀਤੀ ਹੈ, ਉੱਤੇ ਟੈਕੀ ਪਏ ਨੇ, ਅਤੇ ਰਸਤੇ ਦੇ ਵਿੱਚ ਕੋਈ ਸ਼ਹਿਰ ਐਸਾ ਨਹੀਂ ਲੰਘਣਾ ਵੀ ਇਹ ਆ ਗਿਆ ਜੀ, ਇਹ ਤਾਂ ਉਹਦੇ ਪਾਣੀਪਤ ਦੇ ਆ ਗਏ, ਬੈਰੀਅਰ ਆ ਗਿਆ, ਅੱਗੇ ਕਰਨਾਲ ਦਾ ਆ ਗਿਆ, ਕੁਰੂਕਸ਼ੇਤਰ ਦਾ ਆ ਗਿਆ, ਅੰਬਾਲੇ ਦਾ ਆ ਗਿਆ, ਸਾਰਿਆਂ ਨੇ ਰੁਕਣਾ। ਅਤੇ ਮੈਂ ਕਮਾਲ ਦੇਖੀ ਦਿੱਲੀ ਦੇ ਟੈਕਸੀ ਵਾਲਿਆਂ ਦੀ, ਉਹਨੂੰ ਕਿਹਾ ਯਾਰ ਸਮਾਨ ਸੁਣ, ਕਹਿੰਦਾ ਜੀ ਟੈਨਸ਼ਨ ਨਾ ਲਓ, ਰੁਪਈਆ 100 ਲਊਂਗਾ ਬਸ, ਤੁਹਾਨੂੰ ਕਿਤੇ 1 ਮਿੰਟ ਦਾ ਟਾਈਮ ਵੇਸਟ ਨਹੀਂ ਹੁੰਦਾ। ਕਹਿੰਦਾ ਠੀਕ ਹੈ 100, ਹੁਣ 100 ਬੰਦੇ ਨੂੰ ਬਾਹਰੋਂ ਗਿਆ ਨੂੰ ਕੀ ਹੁੰਦਾ, ਦੁਬਈ ਦੁਬਈ ਤੋਂ ਉਦੋਂ ਜ਼ਿਆਦਾ ਆਉਂਦੇ ਸੀਗੇ। ਅਤੇ ਉਹਨੇ ਕੀ ਕੀਤੇ, 10-10 ਦੇ ਐਂ ਤੈਹਾਂ ਲਾ ਕੇ ਨਾ 10-10 ਦੇ ਉੱਥੇ ਰੱਖ ਲਏ ਕਾਰ ਦੇ ਕੋਲੇ ਮੂਹਰੇ ਜਿੱਥੇ ਗੇਰ ਗੂਰ ਪਾਈ ਦੀ, ਉੱਥੇ ਰੱਖ ਕੇ, ਅਤੇ ਜਿੱਥੇ ਵੀ ਕੋਈ ਪੁਲਿਸ ਵਾਲਾ ਨਾਕਾ ਆਇਆ ਕਰੇ ਸ਼ੀਸ਼ਾ ਖੋਲ੍ਹਿਆ ਕਰੇ, ਰੁਕਣ ਦੀ ਕੋਈ ਲੋੜ ਨਹੀਂ, ਐਂ ਮੁੱਠਬੰਦ ਹੁੰਦੀ ਸੀ, ਐਂ ਮੁੱਠਬੰਦ ਹੁੰਦੀ, ਉਹਨੂੰ ਫੜਾਈ ਇੱਦਾਂ, ਚਲੋ ਜੀ ਗਾਂਹ ਅੱਗੇ, ਦੂਜੇ ਨੂੰ ਫੜਾਈ ਅੱਗੇ। ਉਹ ਕਹਿੰਦੇ ਯਾਰ ਕਮਾਲ ਦੀ ਗੱਲ ਆ, ਉਹ ਕਹਿੰਦੇ ਜੀ ਇਹੀ ਤਾਂ ਫਾਇਦਾ ਭਾਰਤ ਆ, ਬਾਹਰਲੇ ਮੁਲਕਾਂ 'ਚ ਹੁੰਦੀ ਇੱਦਾਂ ਕਿਤੇ, ਇਹ ਇਦੂ ਵਧੀਆ ਕੀ ਹੋ ਸਕਦਾ ਭਾਰਤ, ਤੁਸੀਂ ਐਵੇਂ ਕਹੀ ਜਾਂਦੇ ਭਾਰਤ ਨੂੰ ਨਿੰਦੀ ਜਾਂਦੇ ਮੇਰਾ ਵੀ ਆਹ ਚੀਜ਼ ਉੱਥੇ ਆ ਹੈਗੀ ਆ ਹੈਗੀ ਹੈ, ਵੀ ਇੱਥੇ ਇਹਨਾਂ ਚੀਜ਼ਾਂ ਦਾ ਫਾਇਦਾ ਵੀ ਹੈਗਾ, ਦੇਖੋ ਤੁਹਾਡਾ ਕਿੰਨਾ ਟਾਈਮ ਬਚ ਗਿਆ। ਬੰਦਾ ਕਹਿੰਦਾ ਵੀ ਹਾਂਜੀ ਇਹ ਗੱਲ ਤਾਂ ਤੁਹਾਡੀ ਠੀਕ ਹੈ,
ਅਤੇ ਹੁਣ ਟ੍ਰੈਫਿਕ ਪੁਲਿਸ ਦੀ ਜੇ ਗੱਲ ਕਰੀਏ, ਟ੍ਰੈਫਿਕ ਪੁਲਿਸ ਦਾ ਇੱਕ ਵੱਡਾ ਸਾਹਿਬ ਜਿਹੜਾ ਉਹ ਦਰਖਤ ਥੱਲੇ ਬੈਠਾ ਹੁੰਦਾ, ਪਲਾਸਟਿਕ ਦੀ ਕੁਰਸੀ ਹੁੰਦੀ ਉਹਦੇ ਕੋਲ, ਉੱਥੇ ਕਿਤੇ ਆਂਢੂਆਂ ਆਂਢੀਆਂ ਗੁਆਂਢੀਆਂ ਕੋਲ ਲਈ, ਅਤੇ ਜਿਪਸੀ ਦੇ ਉੱਪਰ ਬੋਨ ਉਹਦੇ ਬੰਪਰ ਦੇ ਉੱਪਰ ਲੱਤਾਂ ਰੱਖੀਆਂ ਹੁੰਦੀਆਂ, ਅਤੇ ਇੱਕ ਗੱਡੀ 'ਚੋਂ ਉਤਾਰ ਕੇ ਇੱਧਰ ਪੁਲਿਸ ਵਾਲਾ ਆਪ ਜਾਂਦਾ, ਯੈਸ ਸਰ ਕੈਨ ਆਈ ਹੈਵ ਯੂਰ ਡਰਾਈਵਿੰਗ ਲਾਇਸੈਂਸ ਪਲੀਜ਼, ਇਹ ਵੋ, ਅਤੇ ਉੱਧਰ ਉਹ ਕਹਿੰਦਾ ਜੀ ਵੀ ਜਾਂ ਤਾਂ ਨਿਬੇੜ ਲਓ ਇੱਥੇ, ਤੂੰ ਕਿ ਬੰਦਾ ਕਹਿੰਦਾ ਨਹੀਂ ਯਾਰ, ਉਹ ਕਹਿੰਦਾ ਵੀ 10,000 ਲੱਗਣਾ ਤਾਂ ਤੂੰ 2,000 ਤਾਂ ਦੇ, ਨਹੀਂ 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 ਜੀ ਨਹੀਂ ਮੇਰੇ ਕੋਲ ਹੈ ਨਹੀਂ ਨਾ, ਫਿਰ ਐਂ ਕਰ ਸਾਹਿਬ ਕੋਲ ਚੱਲ, ਸਾਹਿਬ ਬੈਠਾ ਕੁਰਸੀ 'ਤੇ, ਅਤੇ ਉਹ ਫਿਰ ਸਾਹਿਬ ਕੋਲ ਜਾ ਕੇ ਤਾਂ ਫਿਰ ਰੇਟ ਹੋਰ ਵੱਧ ਜਾਂਦਾ, ਜਾਂ ਫਿਰ ਉੱਥੇ ਚਲਾਨ ਜਿਹੜਾ ਉਹੀ ਕੱਟਿਆ ਜਾਂਦਾ, ਅਤੇ ਇਹ ਸਾਡੀ ਸੋਚ ਵੀ ਹੈਗੀ ਹੈ, ਇਹ ਫਿਤਰਤ ਬਣ ਗਈ ਹੈ, ਇਹ ਬਿਲਕੁਲ ਮਾਹੌਲ ਉੱਥੋਂ ਦਾ ਇਹੋ ਜਿਹਾ ਬਣ ਗਿਆ ਵੀ ਜੇ 5,000 ਵੀ ਜੁਰਮਾਨਾ 'ਚ 1,500 ਵੀ ਜੁਰਮਾਨਾ ਹੋਇਆ, ਅਸੀਂ ਗਲਤੀ ਕੀਤੀ ਹੈ ਅਤੇ 1,500 ਵੀ ਉਹਦਾ ਜੁਰਮਾਨਾ ਹੈਗਾ, ਤਾਂ ਭਾਅ ਜੀ ਇੱਕ ਤਾਂ ਚਲਾਨ ਕੱਟਿਆ ਅਤੇ ਮੁੜ ਕੇ ਕੋਰਟ ਦੇ ਵਿੱਚ ਜਾ ਕੇ ਭੁਗਤਣਾ ਪੈਣਾ, ਡੇਟਾਂ ਲੈਣੀਆਂ ਪੈਣੀਆਂ, ਫਿਰ ਜਾ ਕੇ ਕਿੰਨਾ ਟਾਈਮ ਖਰਾਬ ਹੋਣਾ, ਉਸ ਤੋਂ ਬਾਅਦ ਫਿਰ ਜੁਰਮਾਨਾ ਭਰਨਾ ਪੈਣਾ। ਇਹ ਹੈ ਵੀ ਜੱਜ ਕਈ ਵਾਰੀ ਘੱਟ ਵੀ ਕਰ ਦਿੰਦਾ ਜੁਰਮਾਨਾ, ਇਦੂ ਚੰਗਾ ਨਹੀਂ ਵੀ ਹੁਣੇ ਕੰਮ ਮੁੱਕਦਾ, ਜੇ 1,500 ਦੇਣਾ ਉੱਥੇ 200 ਦੇ ਕੰਮ ਨੇ ਮੁੱਕਦਾ, ਇਹ ਚੀਜ਼ ਕਿੱਦਾਂ ਖਤਮ ਹੋਊਗੀ, ਇਹਦਾ ਇਹਦੀ ਅੱਜ ਤੱਕ ਸਮਝ ਨਹੀਂ ਆਈ। ਇਹ ਖਤਮ ਮੇਰੇ ਖਿਆਲ ਤਾਂ ਹੀ ਹੋਊਗੀ ਕਿ ਪੈਸੇ ਲੈਣ ਵਾਲਿਆਂ 'ਤੇ ਬਹੁਤ ਸਖਤੀ ਦੇ ਨਾਲ ਕਾਨੂੰਨ ਹੋਵੇ, ਰਿਸ਼ਵਤਖੋਰੀ ਤਾਂ ਜਿਵੇਂ ਮੈਂ ਪਹਿਲਾਂ ਦੱਸਿਆ ਚੱਲਦੀ ਆ, ਹਰ ਥਾਂ 'ਤੇ ਰਿਸ਼ਵਤਖੋਰੀ ਆ। ਸੋ ਇਹ ਹੁਣ ਫਿਰ ਮੋੜ ਕੇ ਗੱਲ ਆਪਾਂ ਉੱਥੇ ਨੂੰ ਤੁਹਾਡੀਆਂ ਗੱਲਾਂ ਸਿਲਸਿਲਾ ਸ਼ੁਰੂ ਕਰਾਂਗੇ ਬ੍ਰੇਕ ਤੋਂ ਬਾਅਦ, ਕਿ ਜਿਹੜਾ ਕਿਵੇਂ ਹੈਗਾ, ਕਿਵੇਂ ਮਾਹੌਲ ਤੁਹਾਨੂੰ ਲੱਗਦਾ ਵੀ ਕੀ ਉੱਥੇ ਹੋ ਸਕਦਾ, ਕੀ ਇਹਦੇ ਚਾਂਸ ਨੇ ਰੇਟ ਵਧਾਉਣ ਦੇ, ਕੀ ਫਾਇਦੇ ਹੋ ਸਕਦੇ, ਕੀ ਨੁਕਸਾਨ ਹੋ ਸਕਦੇ ਆ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਔਰ ਚਲਾਨ ਜਿਹੜੇ ਵੱਧ ਗਏ ਨੇ ਉਹ ਤਾਂ ਰੇਟ ਠੀਕ ਹੈ, ਪਰ ਜਿਹੜਾ ਹੋਰ ਉੱਥੇ ਬੜਾ ਕੁਛ ਹੋ ਰਿਹਾ ਉਹਦਾ ਹੱਲ ਕੌਣ ਕਰੂਗਾ। ਹੁਣ ਲੁਧਿਆਣੇ ਦੀ ਇੱਕ ਛੋਟੀ ਜਿਹੀ ਵੀਡੀਓ ਮੈਂ ਤੁਹਾਨੂੰ ਨਾਲ ਨਾਲ ਦਿਖਾਉਣਾ, ਲੁਧਿਆਣੇ ਦੇ ਟ੍ਰੈਫਿਕ ਦੀ, ਯਾਸਰ ਸਾਹਿਬ ਵੀਡੀਓ ਚਲਾ ਦਿਓ ਥੋੜ੍ਹੀ ਜਿਹੀ। ਇਹ ਲੁਧਿਆਣੇ ਦੇ ਟ੍ਰੈਫਿਕ ਦਾ ਹਾਲ ਆ ਕਿਸੇ ਸਮੇਂ ਦਾ, ਵੈਸੇ ਤਾਂ ਹਰ ਸਮੇਂ ਹੁੰਦਾ ਹੋਏਗਾ, ਪਰ ਜਦੋਂ ਪੁਲ ਬਣਦਾ ਸੀਗਾ ਪੁਲ ਬਣਨ ਦੇ ਨਾਲ ਸ਼ਾਇਦ ਹੁਣ ਕਾਫੀ ਫਰਕ ਪੈ ਗਿਆ, ਲੇਕਿਨ ਪੁਲ ਬਣਨ ਤੋਂ ਪਹਿਲਾਂ ਅਗਰ ਲੁਧਿਆਣੇ 'ਚ ਵੜਦੇ ਸੀ ਜਾਂ ਜਲੰਧਰ ਦੇ ਕਿਤੇ ਰੈਣਕ ਬਾਜ਼ਾਰ ਵਗੈਰਾ ਕਿਤੇ ਵੜਦੇ ਸੀਗੇ ਤਾਂ ਉੱਥੇ ਕੀ ਹਾਲ ਹੁੰਦਾ ਸੀ, ਇਹੋ ਜਿਹਾ ਜਿਹੜੀਆਂ ਇਹ ਵੀਡੀਓ ਹੈਗੀਆਂ ਨੇ ਇਹ ਬਕਾਇਦਾ ਲੋਕਾਂ ਨੇ ਪਾਈਆਂ ਨੇ, ਦੁਖੀ ਹੋ ਕੇ ਪਾਈਆਂ ਨੇ ਕੀ ਦੇਖਿਆ ਕੀ ਨਹੀਂ ਦੇਖਿਆ, ਪਰ ਟ੍ਰੈਫਿਕ ਦੇ ਇਹਨਾਂ ਚੀਜ਼ਾਂ ਦਾ ਵੀ ਕੋਈ ਹੱਲ ਹੈਗਾ ਉੱਥੇ ਇੱਕ ਨਹੀਂ ਹੈਗਾ। ਅਤੇ ਇੱਧਰਲੇ ਮੁਲਕਾਂ ਦੇ ਵਿੱਚ ਵੀ ਜਾਮ ਲੱਗਦੇ, ਕੋਈ ਐਸੀ ਗੱਲ ਨਹੀਂ, ਇੱਧਰਲੇ ਮੁਲਕਾਂ ਦੇ ਵਿੱਚ ਵੀ ਬਹੁਤ ਬਹੁਤ ਟਾਈਮ ਕਈ ਵਾਰੀ ਸੜਕਾਂ 'ਤੇ ਲੱਗ ਜਾਂਦਾ। ਸੋ ਇੱਕ ਤਾਂ ਇਹ ਬੇਨਤੀ ਹੈ ਵੀ ਇੱਧਰ ਵੀ ਹੋਈਏ, ਚਾਹੇ ਚਾਹੇ ਪੰਜਾਬ ਹੋਈਏ, ਚਾਹੇ ਭਾਰਤ ਹੋਈਏ, ਚਾਹੇ ਬਾਹਰਲੇ ਮੁਲਕਾਂ 'ਚ ਕਿਤੇ ਹੈਗੇ ਹਾਂ, ਗੱਡੀ ਦੇ ਵਿੱਚ ਜਦੋਂ ਅਸੀਂ ਜਾਂਦੇ ਕਿਤੇ ਵੀ ਲੰਬੇ ਸਫ਼ਰ 'ਤੇ ਜਾਈਏ ਚਾਹੇ ਛੋਟੇ ਸਫ਼ਰ 'ਤੇ ਜਾਈਏ, ਤਾਂ ਸਮਾਨ ਜਿਹੜਾ ਸਾਡੇ ਕੋਲ ਪ੍ਰਪੇਅਰ ਹੋ ਕੇ ਜ਼ਰੂਰ ਜਾਣਾ ਚਾਹੀਦਾ। ਇਹ ਇੱਥੋਂ ਦੀ ਅਮੈਰੀਕਾ ਦੀ ਪੁਲਿਸ ਵੀ ਇਹ ਕਹਿੰਦੀ ਆ, ਅਮੈਰੀਕਾ ਦੀ ਪੁਲਿਸ ਨੇ ਬਕਾਇਦਾ ਤੌਰ 'ਤੇ LA ਦੇ ਵਿੱਚ ਇਹ ਕੈਂਪ ਲਾਇਆ ਇੱਕ ਲੋਕਾਂ ਨੂੰ ਦੱਸਣ ਵਾਸਤੇ ਤੁਹਾਨੂੰ ਕੀ ਕਰਨਾ ਚਾਹੀਦਾ, ਜਿਹਦੇ 'ਚ ਘਰਾਂ ਦੇ ਵਿੱਚ ਕੀ ਕਰਨਾ ਚਾਹੀਦਾ, ਜੇ ਕੋਈ ਆਉਂਦਾ ਤਾਂ ਕਿਵੇਂ ਕੀ ਧਿਆਨ ਰੱਖਣਾ ਚਾਹੀਦਾ, ਅਤੇ ਨਾਲ ਦੀ ਨਾਲ ਇਹ ਵੀ ਸੀਗਾ ਕਿ ਜੋ ਤੁਸੀਂ ਕਿਤੇ ਜਾਂਦੇ ਹੋ ਤਾਂ ਉੱਥੇ ਤੁਹਾਨੂੰ ਕੀ ਚੀਜ਼ਾਂ ਰੱਖਣੀਆਂ ਚਾਹੀਦੀਆਂ, ਪਾਣੀ ਦੀਆਂ ਬੋਟਲਾਂ ਵਗੈਰਾ ਗੱਡੀ ਦੇ ਵਿੱਚ, ਤੇਲ ਵਗੈਰਾ ਤਕਰੀਬਨ ਜਦੋਂ ਵੀ ਜਾਂਦੇ ਹੋ ਜਿੱਥੇ ਵੀ ਮੌਕਾ ਮਿਲਦਾ ਟੈਂਕੀ ਫੁੱਲ ਕਰਾ ਲਓ ਜੇ ਲੰਬੇ ਰੂਟ 'ਤੇ ਜਾਂਦੇ ਹੋ। ਸੋ ਉਹ ਲੰਬੇ ਜਾਮ ਜਿਹੜੇ ਨੇ ਬਹੁਤ ਇੱਥੇ ਵੀ ਲੱਗਦੇ ਨੇ, ਕਿਤੇ ਨਾ ਕਿਤੇ ਕੋਈ ਐਕਸੀਡੈਂਟ ਹੋ ਜਾਂਦਾ, ਪਰ ਸਭ ਤੋਂ ਲੰਬਾ ਇੱਕ ਜਾਮ ਕਾਫੀ ਜਿਹੜੇ ਲੱਗੇ ਨੇ ਉਹਨਾਂ 'ਚੋਂ ਇੱਕ ਚੀਨ ਦਾ ਹੈਗਾ, ਬੀਜਿੰਗ ਦੇ ਵਿੱਚ 12 ਦਿਨ ਜਾਮ ਲੱਗਾ ਰਿਹਾ ਸੀ, ਅਤੇ 12 ਦਿਨ ਦੇ ਵਿੱਚ ਕਿਹਦੇ ਕੋਲ ਇੰਨਾ ਤੇਲ ਹੋਊਗਾ ਅਤੇ ਕਿਹਦੇ ਕੋਲ ਇੰਨਾ ਰਾਸ਼ਨ ਪਾਣੀ ਖਾਣ ਪੀਣ ਨੂੰ ਹੋਊਗਾ। ਸੋ ਇਹ ਮੈਂ ਕੱਲ੍ਹ ਲੈਣ ਤੋਂ ਪਹਿਲਾਂ ਜਿਹੜੀ ਬੇਨਤੀ ਤੁਹਾਨੂੰ ਇਹ ਕਰਨੀ ਚਾਹੁੰਦਾ ਕਿ ਜਦੋਂ ਵੀ ਕਿਤੇ ਜਾਈਏ ਤਾਂ ਜ਼ਰੂਰ ਸਾਰਾ ਕੁਛ ਚੈੱਕ ਕਰਕੇ ਫਿਰ ਗੱਡੀ ਦੇ ਵਿੱਚ ਆਪਾਂ ਬੈਠੀਏ, ਤਾਂ ਫਿਰ ਜਿਹੜਾ ਸਾਨੂੰ ਥੋੜ੍ਹਾ ਸੌਖਾ ਰਹਿੰਦਾ। ਵੈਸੇ ਕਈ ਵਾਰੀ ਅਸੀਂ ਸੋਚਿਆ ਯਾਰ ਮੈਂ ਹਰ ਵਾਰੀ ਪਾਣੀ ਦੀਆਂ ਬੋਤਲਾਂ ਰੱਖ ਲਈਆਂ ਲੈ ਕੇ ਜਾਂਦਾ, ਪੀਤਾ ਤਾਂ ਕਦੇ ਹੈ ਨਹੀਂ, ਮੈਂ ਹਰ ਵਾਰੀ ਆਹ ਚੀਜ਼ ਕਰਦਾ, ਲੋੜ ਤਾਂ ਕਦੇ ਪਈ ਨਹੀਂ, ਇਹ ਲੋੜ ਕਦੇ ਵੀ ਪੈ ਸਕਦੀ ਹੈ, ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ, ਪੁਲਿਸ ਵੀ ਕਹਿੰਦੀ ਆ। ਹਾਂਜੀ ਹੈਲੋ, ਹੈਲੋ ਜੀ, ਹਾਂਜੀ ਹਾਂਜੀ ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ? ਠੀਕ, ਕਿਰਪਾ ਪਰਮਾਤਮਾ ਜੀ, ਹੋਰ ਸੁਣਾਓ ਕਿੱਦਾਂ? ਵਧੀਆ। ਤੁਸੀਂ ਜਦੋਂ ਟਰੱਕ ਲੈ ਕੇ ਜਦ ਚਲਾਉਂਦੇ ਸੀ ਇੰਡੀਆ ਦੇ ਵਿੱਚ, ਹਾਂਜੀ, ਤੇ ਕਿੰਨਾ ਕੁ ਵਾਹ ਪੈਂਦਾ ਸੀ ਪੁਲਿਸ ਦੇ ਨਾਲ ਜਾਂ ਚਲਾਣ ਵਾਲੇ ਦੇ ਨਾਲ? ਬਹੁਤ ਵਾਹ ਪੈਂਦਾ, ਪਰ ਉਹ ਸਸਤਾ ਜ਼ਮਾਨਾ ਸੀ, ਤਾਂ ਕਲਕੱਤੇ 'ਚ ਚਵਾਨੀ ਚੱਲਦੀ ਹੁੰਦੀ ਸੀ, ਹਰੇਕ ਚੌਂਕ 'ਚ ਚਵਾਨੀ ਦੇ ਕੇ ਲੰਘਣਾ ਪੈਂਦਾ ਸੀ। ਨਹੀਂ, ਚਲਾਣਾ ਦਾ ਰਿਵਾਜ਼ ਨਹੀਂ ਹੁੰਦਾ ਸੀ ਉਦੋਂ? ਚਲਾਣਾ ਤਾਂ ਹੁੰਦਾ ਸੀ, ਵੀ ਦੇਣ ਲੈਣ ਕਰ ਲਈਦਾ ਸੀ, ਚਲਾਣ ਤਾਂ ਫਿਰ ਕਿਰਾਇਆ ਮਹਿੰਗਾ ਪੈਂਦਾ ਸੀ, ਮੁੜ ਕੇ ਪੇਪਰ ਨਾਲ ਹੀ ਲੱਭਦੇ ਉੱਥੇ ਕਿਹੜੀਆਂ ਪੇਠੜੀਆਂ ਕੋਟਾਂ ਆ, ਪੇਪਰੇ ਗੁਆਚ ਜਾਂਦੇ ਸੀ। ਹਾਂ, ਵੀ ਜੇ ਪੰਜਾਬ ਤੋਂ ਬੰਦਾ ਕਲਕੱਤੇ ਗਿਆ ਤੇ ਉੱਥੇ ਦੁਬਾਰਾ ਚਲਾਣ ਭੁਗਤ ਨੂੰ ਉੱਥੇ ਜਾਣਾ ਪੈਣਾ। ਇੱਕ ਵਾਰੀ ਸਾਡਾ ਵਾਹ ਪੈ ਗਿਆ ਸੀ, ਟਾਟਾ ਨਗਰ ਜਮਸ਼ੇਦਪੁਰ ਟਾਟਾ ਚ ਲਾਉਣ ਗਏ ਸਮਾਨ, ਤੇ ਉੱਥੇ ਸਾਡੇ ਚਲਾਣ ਕਰਤੇ, ਮੁੜ ਕੇ ਸਾਡੀਆਂ ਰਜਿਸਟਰੇਸ਼ਨਾਂ ਹੀ ਨਹੀਂ ਲੱਭੀਆਂ, 3 ਸਾਲ
ਘੁੰਮਦੇ ਰਹੇ ਦੋ ਤਿੰਨ ਵਾਰੀ ਤਰੀਕਾਂ ਤੇ ਵੀ ਗਏ, ਹਾਰ ਕੇ ਡੁਪਲੀਕੇਟ ਕਢਾਈਆਂ ਜਲੰਧਰ ਨੂੰ, ਏਦਾਂ ਦਾ ਉੱਥੇ ਦਾ ਭਰਾਵਾ ਸਿਸਟਮ ਆ। ਤੇ ਦੂਜਾ ਜਦੋਂ ਨਾ ਉੱਥੇ ਬਿਹਾਰ ਬੰਗਾਲ ਦੇ ਵਿੱਚ ਜਾਂ ਜਾਮ ਗੱਡੀਆਂ ਵਾਲੇ ਦੋ ਲੜ ਪੈ ਤੁਰੇ ਜਾਂਦੇ, ਉਹਨੇ ਇੱਕ ਦੂਜੇ ਮੂਹਰੇ ਫਸਾ ਕੇ ਲਾ ਦੇਣੀ, ਉਹ ਏਦਾਂ ਦਾ ਜਾਮ ਜੱਗੀ ਲੱਗਣਾ, ਤਿੰਨ ਤਿੰਨ ਦਿਨ ਉੱਥੇ ਹੀ ਖੜੇ ਰਹਿਣਾ ਉਸੇ ਥਾਂ ਤੇ, ਏਦਾਂ ਦਾ ਜਾਮ ਲੱਗਣਾ ਤਿੰਨ ਤਿੰਨ ਦਿਨ। ਅੱਛਾ, ਇੱਕ ਚੀਜ਼ ਜਿਹੜੀ ਨਾ ਇਹ ਚੀਜ਼ ਦਾ ਮੇਰੇ ਖਿਆਲ ਸੁਧਾਰ ਹੋਇਆ ਲੱਗਦਾ ਕਿ ਨਹੀਂ, ਅਸੀਂ ਵੀ 5-7-10 ਸਾਲ ਦੀ ਪਹਿਲਾਂ ਦੀ ਗੱਲ ਹੈ, ਪ੍ਰੋਗਰਾਮ ਕਰਨ ਗਏ ਯੂਪੀ ਦੇ ਵਿੱਚ, ਤੇ ਰਸਤੇ 'ਚ ਇੱਕ ਐਕਸੀਡੈਂਟ ਹੋਇਆ, ਗੱਡੀ ਅਸੀਂ ਕਿਰਾਏ 'ਤੇ ਲੈ ਗਏ ਸੀਗੇ, ਠੀਕ ਹੈ, ਐਕਸੀਡੈਂਟ ਹੋਇਆ ਹੋਇਆ ਤੇ ਅਸੀਂ ਉਹਨੂੰ ਕੋਈ ਜਨਾਨੀ ਵਿਚਾਰੀ ਰੌਲਾ ਪਾਵੇ ਵੀ ਮੇਰਾ ਹਸਬੈਂਡ ਗੱਡੀ 'ਚ ਹੈਗਾ, ਉਹ ਜਿੰਦਾ ਹਜੇ ਨੇੜੇ ਪੁਲਿਸ ਚੌਂਕੀ ਤੱਕ ਮੈਨੂੰ ਲੈ ਜਾਓ ਅਤੇ ਮੈਂ ਉੱਥੇ ਜਾ ਕੇ ਕੋਈ ਹੈਲਪ ਲੈ ਲਾਂ, ਅਤੇ ਕਿਸੇ ਨੇ ਗੱਡੀ ਰੋਕੀ ਤਾਂ ਮੈਂ ਡਰਾਈਵਰ ਨੂੰ ਕਿਹਾ ਯਾਰ ਰੋਕ ਲਾ ਤਾਂ ਗੱਡੀ ਵੀ ਕਿਸੇ ਦੀ ਹੈਲਪ ਕਰ ਦਈਏ, ਕਹਿੰਦਾ ਭਾਅ ਜੀ ਇੱਥੇ ਤਰੀਕਾ ਭੁਗਤਣਾ, ਫਿਰ ਮੇਰੇ ਠਾਇਆ ਕਰੋਗੇ ਤੁਸੀਂ, ਆਇਆ ਕਰੋਗੇ ਮੈਨੂੰ ਆਉਣਾ ਪੈਣਾ, ਤੁਸੀਂ ਤਾਂ ਨਹੀਂ ਆਉਣਾ ਹੈਗਾ, ਉਹ ਰੋਕੀ ਨਹੀਂ ਗੱਡੀ। ਬਿਲਕੁਲ ਬਿਲਕੁਲ ਜੀ, ਮਤਲਬ ਆਪਣੇ ਇੱਕ ਨਾ ਪਰਾਗਪੁਰ ਤਾਂ ਜਲੰਧਰ ਛਾਉਣੀ ਦਾ ਏਰੀਆ ਪੈਂਦਾ, ਉੱਥੇ ਕਹੋ ਕਿ ਬੰਦੇ ਲਾਸ਼ ਮਰ ਗਈ ਤਾਂ ਬੰਦਾ ਮਰ ਗਿਆ ਕਿਸੇ ਚੀਜ਼ ਥੱਲੇ ਆ ਕੇ, ਤਾਂ ਉਹ ਦੇਖ ਲਓ ਭਾਈ 3 ਦਿਨ ਉੱਥੇ ਲਾਸ਼ ਪਈ, ਹਰ ਕੇ ਉਹ ਲਾਸ਼ ਤਾਂ ਲੈ ਗਏ ਚੱਕ ਕੇ ਟਾਇਰਾਂ ਟੂਰਾਂ ਨਾਲ ਟਰੱਕਾਂ ਟਰੁੱਕਾਂ ਵਾਲੇ, ਅਤੇ ਉਹ ਪਾਸੇ ਸੀ ਇਕੱਲੋ ਝਗੜੀ ਜਾਣ, ਉਹ ਕਹਿਣ ਕਪੂਰਥਲੇ 'ਚ ਪੈਂਦਾ, ਉਹ ਕਹਿਣ ਜਲੰਧਰ 'ਚ ਪੈਂਦਾ, ਉਹ ਪੁਲਿਸ ਵਾਲਿਆਂ ਦੇ ਰੇਟ 'ਚ ਵਾਧਾ ਹੋਊਗਾ ਜਾਂ ਪੰਜਾਬ ਦੇ ਵਿੱਚ ਇਸ ਚੀਜ਼ ਦੇ ਨਾਲ ਜਿਹੜਾ ਸੁਧਾਰ ਵੀ ਹੋਊ ਕੋਈ? ਨਹੀਂ ਉੱਥੇ ਸੁਧਾਰ ਨਹੀਂ ਹੋਣਾ ਜੀ, ਰਿਸ਼ਵਤ ਵੱਧ ਜਾਣੀ, ਜਿੱਥੇ ਅੱਗੇ 200 ਲੈਂਦੇ ਪੁਲਿਸ ਵਾਲੇ 400 ਹੋ ਜਾਣਾ। ਹਾਏ ਹਾਏ ਹਾਏ, ਇਹੀ ਇਹੀ ਉੱਥੇ ਕੋਈ ਵੀ ਸੁਧਾਰ ਵਾਸਤੇ ਕਾਨੂੰਨ ਬਣਦਾ ਉਹਦਾ ਪੰਗਾ ਇਹੀ ਪੈਂਦਾ ਕਿ ਉਹ ਇੱਕ ਹੋਰ ਹੈੱਡ ਖੜਾ ਹੋ ਜਾਂਦਾ ਪੈਸੇ ਰਿਸ਼ਵਤ ਦਾ। ਕਿਤੇ ਜਿੰਨੇ ਵੀ ਉੱਥੇ ਕਾਨੂੰਨ ਜੱਗੀ ਜੀ ਬਣਨੇ, ਉਹਨੂੰ ਰਿਸ਼ਵਤ ਵਧਣੀ ਆ, ਹੋਣਾ ਕੁਛ ਨਹੀਂ ਹੈ, ਕਿੰਨੇ ਕਾਨੂੰਨ ਬਣੇ ਹੋ। ਬਠਿੰਡੇ ਜੇਲ੍ਹ ਦੇ ਵਿੱਚੋਂ 14 ਮੋਬਾਈਲ ਤੇ ਨਸ਼ਾ ਮਿਲਿਆ, ਫੌਜ ਨੇ ਉੱਥੇ ਛਾਪਾ ਮਾਰਿਆ, ਜਿਹਨੂੰ ਅਸੀਂ ਸੁਧਾਰ ਘਰ ਕਹਿੰਦੇ, ਅਸੀਂ ਗੱਲ ਵੀ ਕੀਤੀ ਸੀ ਪਿੱਛੇ ਜੀ, ਸੁਧਾਰ ਘਰ ਦਾ ਇਹ ਹਾਲ ਹੈ, ਤਾਂ ਬਾਹਰ ਕੀ ਹੋਣਾ ਜੀ? ਨਹੀਂ ਇਹ ਤਾਂ ਫਿਰ ਹੱਲ ਕੀ ਹੈ ਜੀ, ਆ ਹੁਣ ਚਲਾਨਾਂ ਦੇ ਰੇਟ ਵਧਣ ਨਾਲ ਜੇ ਕੋਈ ਹੱਲ ਹੁੰਦਾ ਹੋਵੇ ਤਾਂ ਫਿਰ ਤਾਂ ਮੇਰਾ ਖਿਆਲ ਤਾਂ ਨਹੀਂ ਕੋਈ ਬਣਨਾ ਕੁਛ ਉੱਥੋਂ ਦਾ। ਉੱਥੇ ਹੱਲ ਬਸ ਇਹੀ ਹੈ, ਜਿਹੜਾ ਉੱਥੋਂ ਨਿਕਲਦਾ ਨਹੀਂ, ਜਿੱਦਾਂ ਹੁਣ ਆਪਾਂ ਜਦੋਂ ਨਿਕਲੇ ਨਹੀਂ, ਸਾਨੂੰ ਲੱਗਦਾ ਉੱਥੇ ਕੀ ਹੁਣ ਇਹਨਾਂ ਮੁਲਕਾਂ ਨਾਲ ਤਾਂ ਉਹਦੀ ਕੰਪੇਅਰ ਨਹੀਂ ਕਰ ਸਕਦੇ, ਉੱਥੇ ਤਾਂ ਇਹੀ ਹੱਲ ਹੈ ਜੀ, ਬਸ ਇੱਦਾਂ ਹੀ ਚੱਲਣਾ ਜੀ ਉੱਥੇ। ਔਰ ਉੱਥੇ ਇਹ ਵੀ ਪੰਗਾ ਬਹੁਤ ਵੱਡਾ ਰਹਿਣਾ ਹੈ, ਜੇ ਕੋਈ NRI ਹੈ ਕਿਸੇ ਗੱਡੀ 'ਚ, ਉਹਨੇ ਕੋਈ ਗਲਤੀ ਕਰ ਲਈ ਜਾਂ ਨਹੀਂ ਵੀ ਕਰ ਲਈ, ਤਾਂ ਉਹਨੂੰ ਇਹ ਜਿਹੜੀਆਂ 2000 ਦੀ ਚੀਜ਼ ਹੈ ਉਹਨੂੰ 5000 'ਚ ਪੈਣੀ ਹੈ। ਫਗਵਾੜੇ ਪਿਛਲੀ ਵਾਰੀ ਮੈਂ ਗਿਆ ਸੀ, 4 ਸਾਲ ਹੋ ਗਏ ਸਾਨੂੰ, ਫਗਵਾੜੇ ਇੱਕ ਸਿਪਾਹੀ ਨੇ ਘੇਰ ਲਿਆ ਉਹਨੂੰ, ਮੈਂ ਕਿਹਾ ਯਾਰ ਅਸੀਂ ਅਮਰੀਕਾ ਤੋਂ ਆਏ ਹਾਂ, ਛੱਡ ਪਰੇ ਤੂੰ ਇੱਥੇ ਇੱਦਾਂ ਸੈੱਟ, ਮੈਂ ਲੱਗਦਾ ਤਾਂ ਹੈ ਨਹੀਂ, ਕਹਿੰਦਾ ਤੂੰ ਬੂਝੜ ਜਿਹਾ ਕਮੀਜ਼ ਪਜਾਮਾ ਪਾਇਆ, ਲੱਗਦਾ ਅਮਰੀਕਾ ਤੋਂ ਆਇਆ। ਤੇ ਉਹ ਜੀ ਸਾਨੂੰ ਇੱਕ ਸਾਈਡ ਤੇ ਲਾ ਕੇ ਇੱਕ ਦੁਕਾਨ ਜੀ ਜਿਹਨੂੰ ਲੈ ਗਿਆ, ਤੇ ਉਹ ਕਹਿੰਦਾ ਬਈ 500 ਰੁਪਇਆ ਦੇ ਦਿਓ, ਉਹ ਮੁੰਡਾ ਸਾਡਾ ਸੀਗਾ ਨਾਲ ਜਿਹੜਾ, ਉਹ ਕਹਿੰਦਾ ਦਿਓ ਭਾਜੀ 500 ਰੁਪਇਆ ਤਾਂ ਕਿਤੇ ਖੜਾ ਛੱਡਣਾ ਇਹਨੂੰ, 500 ਲੈ ਲਈ ਦੁਕਾਨ 'ਚ ਵੜ ਕੇ ਸਾਨੂੰ ਹੈ ਜੀ। ਤੇ ਇੱਧਰ ਬਾਰੇ ਕਿਸੇ ਨੇ 4 ਲਾਈਨਾਂ ਲਿਖੀਆਂ ਜੀ, ਕਹਿੰਦੇ ਸੜਕੇ ਜਾਂਦਿਆਂ ਸੁਣ ਰਾਹੀ ਆਵੇ, ਕਦੋਂ ਗੱਡੀ ਇੰਨੀ ਤੇਜ਼ ਭਜਾਈ ਆਵੇ, ਨਾ ਪਹੁੰਚਣ ਦੇ ਨਾਲੋਂ ਹੁੰਦੀ ਦੇਰ ਭਲੀ, ਕਿਉਂ ਨਾ ਪੈਂਦੀ ਖਾਨੇ ਗੱਲ ਛਦਾਈ ਆਵੇ, ਲੱਗਦਾ ਕਿੱਧਰ ਅਕਲ ਗਵਾਈ ਫਿਰਦਾ ਏ, ਨੰਬਰ ਦੀ ਥਾਂ ਗੋਤ ਲਿਖਾਈ ਫਿਰਦਾ ਏ, ਸੁੱਕਣੇ ਪਾ ਕੇ ਜਾਨ ਦੂਜਿਆਂ ਦੀ ਰਾਹੀ ਆਂਦੀ, ਗੱਡੀ ਨੂੰ ਜਹਾਜ਼ ਬਣਾਈ ਫਿਰਦਾ ਏ, ਸਿੱਖ ਲੈ ਕੁਝ ਅਸੂਲ ਸੜਕ ਦੇ ਚੱਲਣ ਦੇ, ਹਾਦਸਿਆਂ ਦੀ ਵੱਧਦੀ ਗਿਣਤੀ ਠੱਲਣ ਦੇ, ਤੇਰੇ ਵਰਗਾ ਅੱਗਿਓਂ ਜੇ ਕੋਈ ਟੱਕਰ ਪਿਆ, ਦਰਦ ਵਿਛੋੜੇ ਦਾ ਕਿੰਜ ਮਾਪੇ ਝੱਲਣਗੇ, ਦੋ ਪਹੀਏ ਤੇ ਚੜੀਏ ਹੈਲਮਟ ਪਾ ਕੇ ਬੇ, ਸਫ਼ਰ ਕਾਰ ਦਾ ਕਰੀਏ ਬੈਲਟ ਲਗਾ ਕੇ ਬੇ, ਨੁਕਸ ਪੈਣ ਤੇ ਗੱਡੀ ਸੜਕੋਂ ਲਾ ਲਈਏ, ਧੁੰਦ ਹੋਵੇ ਤਾਂ ਰੱਖੀਏ ਲੈਟ ਜਗਾ ਕੇ ਬੇ, ਬਿਨਾਂ ਲੋੜ ਤੋਂ ਹਾਰਨ ਕਦੇ ਵਜਾਈਏ ਨਾ, ਲੈਨ ਤੋੜ ਕੇ ਮਿੱਤਰਾ ਜਾਮ ਲਗਾਈਏ ਨਾ, ਰੱਖੀਏ ਦੂਰ ਮੋਬਾਈਲ ਡਰਾਈਵਰ ਕਰਨ ਸਮੇਂ, ਪੀ ਕੇ ਦਾਰੂ ਗੱਡੀ ਕਦੇ ਚਲਾਈਏ ਨਾ, ਸੜਕੀ ਚਿੰਨ੍ਹਾਂ ਨੂੰ ਵੀ ਸਿੱਖ ਲੈ ਪੜ੍ਹਨਾ ਤੂੰ, ਸਿੱਖ ਇਸ਼ਾਰਾ ਮੁੜਨ ਤੋਂ ਪਹਿਲਾਂ ਕਰਨਾ ਤੂੰ, ਰਾਤ ਦੇ ਵੇਲੇ ਸਿੱਖ ਲੈ ਡਿੱਪਰ ਦੇਣੀ ਵੇ, ਲਾਲ ਬੱਤੀ ਦੇ ਸਿੱਖ ਲੈ ਰਾਹੀਆ ਖੜਨਾ ਤੂੰ, ਸੜਕੇ ਜਾਂਦਿਆਂ ਸੁਣ ਰਾਹੀਆ ਵੇ, ਕਾਹਤੋਂ ਗੱਡੀ ਇੰਨੀ ਤੇਜ਼ ਭਜਾਈ ਆ ਵੇ। ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ, ਹੈਲੋ, ਧੰਨਵਾਦ ਜੀ। ਹੈਲੋ ਜੀ, ਸਤਿ ਸ੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ, ਤੁਹਾਡੀ ਕਾਲ ਲੱਗ ਗਈ ਲਾਈਵ। ਮੈਂ ਜਗਤਾਰ ਜੱਗੀ ਬੋਲ ਰਿਹਾ ਜੀ, ਤੇ ਤੁਸੀਂ ਲਾਈਵ ਕਾਲ ਆ ਤੁਹਾਡੀ, ਕੀ ਨਾਮ, ਕਿੱਥੋਂ ਬੋਲਦੇ ਜੀ? ਮੈਂ ਐਲੇ ਤੋਂ ਬੋਲਦਾ ਜੀ। ਹਾਂਜੀ ਭਾਅ ਜੀ, ਬਹੁਤ ਬਹੁਤ ਸਵਾਗਤ ਹੈ ਜੀ, ਤੁਸੀਂ ਲਾਈਵ, ਤੁਹਾਡੀ ਕਾਲ ਲੱਗੀ ਹੋਈ ਹੈ। ਹਾਂਜੀ ਹਾਂਜੀ, ਹੁਕਮ ਕਰੋ।
ਤੁਸੀਂ ਟੀਵੀ ਵੱਲ ਧਿਆਨ ਨਾ ਦਿਓ, ਟੀਵੀ ਗੱਲ ਆ ਕਿ ਆ ਜਿਹੜਾ ਟ੍ਰੈਫਿਕ ਦਾ, ਇੱਕੋ ਗੱਲ ਦੱਸਾਂ ਜੀ ਜੀ ਉਹ ਪਿੱਛੇ ਫੈਮਿਲੀ ਬਣਾਉਣ ਵਾਲੇ ਗਾਉਂਦੇ ਹੁੰਦੇ ਸੀ, ਥੋੜੇ ਜੰਮ ਨਿਆਣੇ ਸਾਂਭੇ ਨਹੀਂ ਉਹ ਜਾਣੇ। ਅੱਛਾ, ਹਿੰਦੁਸਤਾਨ ਦੀ ਓਵਰ ਪਾਪੂਲੇਸ਼ਨ ਘੁਮਿਆਰ ਦੇ ਘੁਮਿਆਰ ਚੜ ਗਿਆ, ਇਹਦਾ ਕੋਈ ਹੱਲ ਨਹੀਂ ਕਰ ਸਕਦੀ ਸਰਕਾਰਾਂ, ਜੋ ਮਰਜ਼ੀ ਕਰ ਲੈਣ ਕਿਸੇ ਬੰਨੇ ਵੀ, ਇਹਦਾ ਇਹੋ ਹੱਲ ਆ, ਘੁਮਿਆਰ ਦੇ ਘੁਮਿਆਰ ਚੜ ਗਿਆ ਓਵਰ ਪਾਪੂਲੇਸ਼ਨ। ਚਲੋ ਜੀ, ਬਿਲਕੁਲ ਸਹੀ ਗੱਲ ਤੁਹਾਡੀ ਭਾਜੀ, ਬਿਲਕੁਲ ਸਹੀ ਗੱਲ ਹੈ। ਇਹ ਓਵਰ ਪਾਪੂਲੇਸ਼ਨ ਤਾਂ ਹੈਗੀ, ਪਰ ਨਾਲ ਦੀ ਨਾਲ ਜਿਹੜੀ ਕਰਪਸ਼ਨ ਸਾਡੇ ਹੈਗੀ ਆ ਉਹਦਾ ਵੀ ਬੜਾ ਵੱਡਾ ਰੋਲ ਹੈਗਾ। ਔਰ ਕਰਪਸ਼ਨ ਖਤਮ ਕਿਵੇਂ ਹੋਊਗੀ, ਲਾਲਚ ਪੈ ਗਏ ਨੇ ਬਹੁਤ ਸਾਰੇ ਪੁਲਿਸ ਵਾਲਿਆਂ ਨੂੰ, ਇਹ ਨਹੀਂ ਪਤਾ ਵੀ ਉਹਨਾਂ ਦੀ ਤਨਖਾਹ ਕਿੰਨੀ ਹੈ, ਉਹ ਕਿਉਂਕਿ ਸਿੱਧੀ ਬੈਂਕ ਦੇ ਵਿੱਚ ਜਾਂਦੀ ਹੈ ਅਤੇ ਬੈਂਕ ਦੇ ਵਿੱਚ ਕਦੇ ਚੈੱਕ ਨਹੀਂ ਕੀਤੀ ਅਤੇ ਨਾ ਲੋੜ ਪਈ, ਉੱਤੋਂ ਹੀ ਸਰੀ ਜਾਂਦਾ, ਉਤਲੀ ਕਮਾਈ ਜਿਹਨੂੰ ਕਹਿ ਦਿੰਦੇ ਹਾਂ। ਪਰ ਇਹ ਜਿਹੜਾ ਹੈਗਾ ਚਲਾਣਾ ਵਾਲੀ ਗੱਲ ਅਸੀਂ ਕੀਤੀ ਆ, ਇਹਦੇ 'ਚ ਜ਼ਰੂਰ ਸੋਚਣ ਵਾਲੀ ਗੱਲ ਆ, ਇਹਦੇ 'ਚ ਜ਼ਰੂਰ ਇਹ ਗੱਲ ਹੈਗੀ ਆ ਕਿ ਇਹਦੇ 'ਚ ਕਿੰਨੀ ਕੁ ਠੱਲ ਪੈ ਸਕਦੀ ਹੈ, ਜਿਹੜੇ ਹੁੰਦੇ ਨੇ ਸੜਕ ਹਾਦਸੇ ਹੁੰਦੇ ਆ ਜਾਂ ਫਿਰ ਜਿਹੜੀਆਂ ਲੋਕ ਕਰਦੇ ਨੇ ਗਲਤੀਆਂ ਜਾਣ ਬੁੱਝ ਕੇ ਕਰਦੇ ਨੇ ਵੀ ਚੱਲ ਕੋਈ ਨਹੀਂ ਪਰਵਾਹ ਨਹੀਂ। ਔਰ ਉੱਥੇ ਜਿਹਨੂੰ ਵੀ ਗੱਲ ਕਰਦੇ ਸੀ ਯਾਰ ਉਹਨਾਂ ਹੌਲੀ ਚਲਾ, ਯਾਰ ਹੌਲੀ ਚਲਾ, ਦੇਖ ਲਾਈਟ ਰੈੱਡ ਲਾਈਟ, ਉਹ ਕੁਛ ਨਹੀਂ ਭਾਜੀ, 50 ਰੁਪਈਏ ਦੀ ਮਾਰ ਹੈ, ਕਿੱਡੀ ਗੱਲ ਹੈ, ਉਦੋਂ 50 ਦੀ ਹੁੰਦੀ ਸੀ, ਹੁਣ 50 ਦੀ ਨਹੀਂ, ਹੁਣ 500 ਤੱਕ ਪਹੁੰਚ ਗਈ ਹੈ, ਤਾਂ 500 ਵਾਲੇ ਵੀ ਬਥੇਰੇ ਹੋਣੇ, ਵੀ ਚੱਲ ਕੋਈ ਨਹੀਂ ਯਾਰ, ਕਿੱਡੀ ਗੱਲ ਹੈ ਵੀ ਇੱਕ ਕੋਟਾ ਜਿਹੜਾ ਪੁਲਿਸ ਅੱਡ ਪਾ ਰੱਖੋ। ਪਰ ਇਹ ਬਹੁਤ ਹੀ ਮੰਦਭਾਗੀ ਗੱਲ ਹੈ, ਬਹੁਤ ਹੀ ਸੋਚਣ ਵਾਲੀ ਗੱਲ ਹੈ, ਇਹਦੇ 'ਤੇ ਕੀ ਹੱਲ ਹੋ ਸਕਦੇ ਨੇ, ਕੀ ਸਰਕਾਰਾਂ ਹੱਲ ਕਰਨੀਆਂ ਚਾਹੀਦੀਆਂ। ਮੈਨੂੰ ਤਾਂ ਇਹ ਲੱਗਦਾ ਵੀ ਹੱਲ ਤਾਂ 1 ਮਿੰਟ ਤੋਂ ਪਹਿਲਾਂ ਹੋ ਸਕਦਾ ਜੇ ਸਰਕਾਰਾਂ ਚਾਹੁਣ, ਸਰਕਾਰਾਂ ਚਾਹੁੰਦੀਆਂ ਹੀ ਨਹੀਂ ਹੈਗੀਆਂ, ਸਰਕਾਰਾਂ ਚਾਹੁੰਦੀਆਂ ਹੀ ਨਹੀਂ। ਉਹ ਅੱਗੇ ਕਈ ਵਾਰੀ ਤੁਹਾਡੇ ਨਾਲ ਗੱਲ ਕਰੀ ਦੀ ਹੈ, ਖੈਰ ਬ੍ਰੇਕ ਤੋਂ ਬਾਅਦ ਫਿਰ ਕਾਲਾਂ ਵਾਲੇ ਪਾਸੇ ਚੱਲਾਂਗੇ, ਟ੍ਰੈਫਿਕ ਦੇ ਚਲਾਣਾ ਦੇ ਰੇਟ ਵਧਾਉਣਾ ਜਾਂ ਹੋਰ ਕੋਈ ਰਜਿਸਟਰੀਆਂ ਦੇ ਰੇਟ ਵਧਾਉਣਾ, ਇਹ ਚੀਜ਼ਾਂ ਜਿਹੜੀਆਂ ਮੇਰਾ ਖਿਆਲ ਨੇ ਵੀ ਇਸ ਚੀਜ਼ ਨੂੰ ਠੱਲ ਪਾਵੇ, ਇਹਨੂੰ ਠੱਲ ਤਾਂ ਡੰਡੇ ਨਾਲ ਹੀ ਪਊਗੀ। ਜਿਵੇਂ ਇੱਧਰਲੇ ਮੁਲਕਾਂ ਦੇ ਵਿੱਚ ਆ, ਅਸੀਂ ਪੁਲਿਸ ਵਾਲੇ ਤੋਂ ਨਹੀਂ ਡਰਦੇ, ਅਸੀਂ ਕਾਨੂੰਨ ਤੋਂ ਡਰਦੇ ਹਾਂ। ਉੱਧਰ ਬੰਦਾ ਕਹਿੰਦਾ ਮਾੜਾ ਜਿਹਾ ਪੀ ਗੱਡੀ ਚਲਾਉਣ ਜੋਗੇ ਤਾਂ ਹੋਲੀਏ, ਅਤੇ ਇੱਧਰ ਜਿੰਨਾ ਮਰਜ਼ੀ ਅਗਲਾ ਮਿੰਨਤਾਂ ਕਰੀ ਜਾਵੇ, ਨਹੀਂ ਭਾਜੀ ਮੈਂ ਗੱਡੀ ਚਲਾ, ਨਾ ਨਾ ਨਾ। ਕਈ ਹੈਗੇ ਨੇ ਜਿਹੜੇ ਰਿਸਕ ਲੈ ਲੈਂਦੇ, ਪਰ ਬਾਹਲੇ ਇਹੀ ਹੁੰਦੇ, ਜਾਂ ਫਿਰ ਘਰਵਾਲੀ ਦੀਆਂ ਮਿੰਨਤਾਂ ਕਰਦੇ ਨੇ ਵੀ ਚਲਾ ਰਹੇਗੀ ਗੱਡੀ ਤੂੰ ਜਾਂਦੀ ਹੋਈ, ਦੇਖ ਲੈ ਫਿਰ ਮੈਂ ਲਾਲ ਨਾ ਦੋ ਪੈਗ। ਇੱਧਰਲੇ ਮੁਲਕਾਂ ਦੇ ਤਾਂ ਕਾਨੂੰਨ ਤੋਂ ਡਰਦੇ, ਅਸੀਂ ਪੁਲਿਸ ਵਾਲੇ ਤੋਂ ਨਹੀਂ ਡਰਦੇ, ਉਹ ਤਾਂ ਡਰ ਹੀ ਖਤਮ ਹੈ, ਉਹ ਡਰ ਪੈਸੇ ਨੇ ਖਤਮ ਕੀਤਾ, ਚਲ ਕਿੱਡੀ ਗੱਲ ਹੈ ਯਾਰ, 50 ਦੀ ਨਹੀਂ 100 ਦੀ ਮਾਰ ਹੋਊ। ਸੋ ਇਹ ਚੀਜ਼ਾਂ ਹੈਗੀਆਂ ਨੇ, ਇਹ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ, ਬ੍ਰੇਕ ਤੋਂ ਬਾਅਦ ਫਿਰ ਕਰਾਂਗੇ। ਫਿਲਹਾਲ ਬ੍ਰੇਕ ਲੈਂਦੇ, ਦੇਖਦੇ ਰਹੇ ਜਸਪੀ ਜੀ। ਜੀ ਬ੍ਰੇਕ ਤੋਂ ਬਾਅਦ ਹਾਜ਼ਰ ਆ ਫਿਰ ਇੱਕ ਵਾਰੀ। ਮੇਰੇ ਫੋਨ 'ਤੇ ਫੋਨ ਕਾਫੀ ਮੈਸੇਜ ਆ ਰਹੇ ਨੇ ਵੀ ਦੱਸ, ਲੋਕ ਸਲਾਹ ਦੇ ਰਹੇ ਨੇ ਵੀ ਇੱਦਾਂ ਕਰਨੀ ਚਾਹੀਦੀ, ਇੱਦਾਂ ਕਰਨੀ ਚਾਹੀਦੀ, ਪਰ ਇਹ ਚੀਜ਼ਾਂ ਹੁੰਦੀਆਂ ਨਹੀਂ ਹੈਗੀਆਂ। ਕਹਿੰਦੇ ਵੀ ਐਂ ਕਰਨਾ ਚਾਹੀਦਾ ਕਿ ਜਿਹੜਾ ਪੁਲਿਸ ਵਾਲਾ ਇਸ ਤਰ੍ਹਾਂ ਰਿਸ਼ਵਤ ਦਿੰਦਾ, ਉਹ ਬਾਹਰਲੇ ਮੁਲਕਾਂ ਵਾਂਗੂ ਚੋਰ ਜਿਵੇਂ ਅਰਬ ਕੰਟਰੀ ਦੇ ਵਿੱਚ ਹੈਗਾ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਫਿਰ ਹੋਰ ਕਾਫੀ ਕੁਛ ਜਿਹੜੇ ਲੋਕਾਂ ਦੇ ਵਿਚਾਰ ਆਪੋ ਆਪਣੇ ਹੈਗੇ ਆ, ਪਰ ਅਸਲ ਦੇ ਵਿੱਚ ਕੀ ਹੈ ਕਿ ਤਾਂ ਤੋਂ ਹੀ ਸਿਸਟਮ ਖਰਾਬ ਹੈ। ਥੱਲੜੇ ਲੋਕ ਜਿਹੜੇ ਹੈ ਉਹਨਾਂ ਨੂੰ ਇੱਕ ਆਪਸ਼ਨ ਮਿਲੀ ਹੋਈ ਹੈ ਬੜੀ ਵਧੀਆ, ਉੱਪਰੋਂ ਜਦੋਂ ਜਿੰਨੀ ਦੇਰ ਠੀਕ ਨਹੀਂ ਹੁੰਦਾ ਮਾਹੌਲ ਉੱਪਰਲਾ, ਉਨੀ ਦੇਰ ਕੁਛ ਨਹੀਂ ਹੋ ਸਕਦਾ। ਆਪਾਂ ਕਈ ਵਾਰੀ ਪਹਿਲਾਂ ਗੱਲ ਕੀਤੀ ਹੈ ਵੀ ਜਦੋਂ ਕੋਡ ਆਫ ਕੰਡਕਟ ਲਾਗੂ ਹੋਇਆ ਹੁੰਦਾ, ਕਿਸੇ ਦਾ ਰਾਜ ਨਹੀਂ ਹੁੰਦਾ, ਕਿਸੇ ਮੰਤਰੀ ਦਾ ਫੋਨ ਉਦੋਂ ਚੱਲਦਾ ਨਹੀਂ, ਚੋਣ ਕਮਿਸ਼ਨਰ ਦਾ ਉਦੋਂ ਰਾਜ ਹੁੰਦਾ, ਥੋੜ੍ਹਾ ਮਹੀਨਾ ਕੁ ਹੁੰਦਾ, ਕਈਆਂ ਦਾ 20 ਕੁ ਦਿਨ ਹੁੰਦਾ। ਉਹਨਾਂ ਦਿਨਾਂ ਦੇ ਵਿੱਚ ਨਾ ਤਾਂ ਕੋਈ ਚੋਰੀ ਹੁੰਦੀ ਕਿਤੇ, ਨਾ ਕੋਈ ਡਾਕਾ ਪੈਂਦਾ, ਨਾ ਕਿਸੇ ਦਾ ਮੋਟਰਸਾਈਕਲ ਖੋਹ ਹੁੰਦਾ, ਨਾ ਕਿਸੇ ਬੀਬੀ ਦੀਆਂ ਵਾਲੀਆਂ ਲਾਹ ਹੁੰਦੀਆਂ, ਨਾ ਕੋਈ ਬਲਾਤਕਾਰ ਹੁੰਦਾ, ਨਾ ਕੁਛ ਹੋਰ। ਮਤਲਬ ਕਾਰਨ ਕੀ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਹੈਗਾ ਅਗਲੇ ਨੂੰ ਪਤਾ ਹੈ ਵੀ ਭਾਈ ਮੇਰੀ ਸੁਣਵਾਈ ਨਹੀਂ ਹੋਣੀ। ਹੁਣ ਪੰਜਾਬ ਦੇ ਵਿੱਚ ਇਹ ਨਹੀਂ ਕਿ ਮੰਤਰੀ ਤੋਂ ਫੋਨ ਕਰਾ ਦਾਂਗੇ ਜਾਂ ਕਿਸੇ ਨੂੰ ਕਹਿ ਦਾਂਗੇ ਜਾਂ ਪੈਸੇ ਦੇ ਕੇ ਕੰਮ ਹੋਜੂ, ਪਰ ਮੈਂ ਇਹ ਸਮਝਦਾ ਕਿ ਜਿਵੇਂ ਬਹੁਤ ਸਾਰੇ ਅਫਸਰ ਹੈਗੇ ਨੇ, ਕ੍ਰਿਸ਼ਨ ਕੁਮਾਰ ਦੀ ਆਪਾਂ ਗੱਲ ਕਰੀ ਦੀ ਹੈ ਸਾਫ਼ ਸੁਥਰੇ, ਔਰ ਕਾਹਨ ਸਿੰਘ ਪੰਨੂ ਹੈਗਾ, ਉਹਨੂੰ ਵੀ ਕਿੰਨਾ ਤੰਗ ਕੀਤਾ ਪਿੱਛੇ ਜੇ, ਹੋਰ ਬੜੇ ਵੱਡੇ ਬੜੇ ਲੋਕ ਹੈਗੇ ਨੇ, ਬੜੇ ਡੀਸੀ ਜਿਹੜੇ ਜ਼ਿਲ੍ਹਿਆਂ ਦੇ ਹੈਗੇ ਨੇ, ਜਿਵੇਂ ਹੁਣ ਫਿਰੋਜ਼ਪੁਰ ਦੇ ਡੀਸੀ ਦੀ ਆਪਾਂ ਗੱਲ ਕੀਤੀ ਆ, ਇਹੋ ਜਿਹੇ ਡੀਸੀ ਜਿਹੜੇ ਹੈਗੇ ਨੇ। ਔਰ ਮੈਨੂੰ ਪੱਕਾ ਪਤਾ ਵੀ ਜੇ ਉਹ ਫਿਰੋਜ਼ਪੁਰ ਦੀ ਮੈਂ ਜਿਹੜੀ ਪਹਿਲਾਂ ਗੱਲ ਕੀਤੀ ਹੈ ਵੀ ਨੂੰਹ ਦੀ ਜੇ ਵੱਧ ਚੱਲਦੀ ਹੋਈ, ਨੂੰਹ ਦੀ ਕਿਤੇ ਸਰਕਾਰੀ ਦਰਬਾਰੇ ਕੋਈ ਪੁੱਛਗਿੱਛ ਹੋਈ ਹੁੰਦੀ ਹੈ, ਇਹੋ ਜਿਹੀਆਂ ਦੀ ਕਈ ਵਾਰੀ ਲੀਡਰਾਂ ਦੇ ਨਾਲ ਹੁੰਦੀ ਹੈ, ਤਾਂ ਡੀਸੀ ਦਾ ਵੀ ਉੱਥੇ ਕਿਸੇ ਨੇ ਗੱਲ ਨਹੀਂ ਸੁਣਨੀ, ਫਿਰ ਉਹਦੀ ਹੀ ਸੁਣੀ ਜਾਣੀ ਹੈ ਜੇ ਲੀਡਰਾਂ ਦਾ ਜ਼ੋਰ ਚੱਲ ਗਿਆ। ਚਾਹੀਦਾ ਇਹ ਹੈ ਵੀ ਇਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਣਾ ਚਾਹੀਦਾ, ਸੁਧਾਰ ਕਰਨ ਦਾ ਮੌਕਾ ਮਿਲਣਾ ਚਾਹੀਦਾ। ਅਗਰ ਕ੍ਰਿਸ਼ਨ ਕੁਮਾਰ ਦੇ ਤੁਹਾਨੂੰ ਕਿੱਸੇ ਪਤਾ ਹੋਣ ਤਾਂ ਇਹੋ ਜਿਹੇ ਕਿੱਸੇ ਨੇ ਕਿ ਮਨ ਖੁਸ਼ ਹੋ ਜਾਂਦਾ। ਇਹ ਸੀਗੇ ਜਦੋਂ ਐਜੂਕੇਸ਼ਨ ਮਹਿਕਮੇ ਦੇ ਵਿੱਚ ਸੀਗੇ, ਅਤੇ ਸਕੂਲ ਦੇ ਵਿੱਚ ਫੋਨ ਕਰਦੇ ਸੀ ਮਾਸਟਰ ਨੂੰ, ਹਾਂਜੀ ਮਾਸਟਰ ਜੀ ਕੀ ਹੋ ਰਿਹਾ, ਮੈਂ ਉਹ ਕਹਿੰਦਾ ਠੀਕ ਹੈ ਸਰ, ਠੀਕ ਹੈ ਸਰ, ਠੀਕ ਹੈ ਸਰ, ਕਹਿੰਦਾ ਯੂ ਆਰ ਸਸਪੈਂਡਡ। ਕਹਿੰਦਾ ਜੀ ਕਿਉਂ, ਤੁਹਾਡਾ ਫੋਨ ਕਰਕੇ ਮੈਂ ਚੱਕ ਲਿਆ। ਕਹਿੰਦਾ ਮੇਰਾ ਕੀ, ਚਾਹੇ ਪ੍ਰਧਾਨ ਮੰਤਰੀ ਦਾ ਫੋਨ ਹੋਵੇ,
ਤੇਰਾ ਸਕੂਲ ਆਵਰ ਦੇ ਵਿੱਚ ਜਦੋਂ ਤੂੰ ਪੜ੍ਹਾ ਰਿਹਾ ਫੋਨ ਚੱਕਣ ਦਾ ਮਤਲਬ ਹੀ ਨਹੀਂ ਬਣਦਾ। ਸਸਪੈਂਡ ਕੀਤੇ ਉਹਨੇ ਬਹੁਤ ਸਾਰੇ ਲੋਕ, ਅਤੇ ਉਹ ਇਸ ਤਰ੍ਹਾਂ ਸੁਧਾਰ ਕੀਤਾ ਸੀ ਬੱਚਿਆਂ ਨਾਲ, ਕਲਾਸ ਦੇ ਮੋਨੀਟਰ ਨੂੰ ਵੀਡੀਓ ਕਾਲ ਲਾ ਕੇ ਦੱਸ ਵੀ ਮਾਸਟਰ ਨੇ ਅੱਜ ਕੀ ਪੜ੍ਹਾਇਆ। ਇਹੋ ਜਿਹੇ ਜਿਹੜੇ ਅਫਸਰ ਆ ਉਹ ਚਾਹੀਦੇ, ਉਹਨਾਂ ਨੂੰ ਕੰਮ ਕਰਨ ਦੀ ਖੁੱਲ੍ਹ ਚਾਹੀਦੀ ਆ। ਗੱਲਾਂ ਗੱਲਾਂ 'ਚ ਬ੍ਰੇਕ ਜਿਹੜੀ, ਮੈਂ ਇੱਕ ਹੋਰ ਭੁੱਲ ਚੱਲਿਆ ਸੀ, ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਜੀ, ਪ੍ਰੋਗਰਾਮ ਦਾ ਸਮਾਂ ਤਕਰੀਬਨ ਸਮਾਪਤ ਹੈ। ਸੋ ਮੁੱਖ ਦੀ ਗੱਲ ਇਹੀ ਹੈ, ਜਿਹੜੇ ਇੱਧਰ ਬੈਠੇ ਆ ਪ੍ਰੋਗਰਾਮ ਦੇਖ ਰਹੇ ਇਸ ਟਾਈਮ ਕਿਤੇ ਵੀ ਦੁਨੀਆ ਦੇ ਕੋਨੇ ਦੇ ਵਿੱਚ, ਕਿ ਜਾਮ ਦੇਖਦੇ ਹੋਏ ਜਾਂ ਇਹੋ ਜਿਹੀ ਗੱਲਬਾਤ ਦੇਖਦੇ ਹੋਏ ਜਾਂ ਮਾਹੌਲ ਦੇਖਦੇ ਹੋਏ ਕਿਤੇ ਵੀ ਜਾਂਦੇ ਹੋ, ਤਾਂ ਗੱਡੀ ਦੇ ਵਿੱਚ ਸਮਾਨ ਜ਼ਰੂਰ ਰੱਖੋ। ਅਤੇ ਉਹ ਕਿਤੇ ਨਹੀਂ ਜਾਂਦਾ, ਕੋਈ ਖਰਾਬ ਨਹੀਂ ਹੁੰਦਾ, ਘਰ ਆ ਕੇ ਵਾਪਸ ਆ ਕੇ ਵੀ ਵਰਤਿਆ ਜਾਂਦਾ ਸਮਾਨ ਕੋਈ ਕੋਈ ਹੋਵੇ। ਵੈਸੇ ਮੈਂ ਤਾਂ, ਮੇਰੀ ਆਦਤ ਦੋ ਕੁ ਪਰੌਂਠੇ ਵੀ ਨਾਲ ਰੱਖ ਲੈਂਦਾ ਹੁੰਦਾ ਵੀ ਰਾਹ ਦੇ ਵਿੱਚ, ਕਈ ਵਾਰੀ ਭੁੱਖ ਭੁੱਖ ਲੱਗ ਜਾਂਦੀ ਕਦੋਂ ਜਾਣਾ। ਜਿਵੇਂ ਹੁਣ ਕੱਲ੍ਹ ਨੂੰ ਅਸੀਂ ਫਰਿੱਜ ਨੂੰ ਹੋਵਾਂਗੇ ਜੀ, ਕੱਲ੍ਹ ਤਾਂ ਪਰਸੋਂ ਦੋ ਦਿਨ ਫਰਿੱਜ ਨੂੰ, ਤਾਂ ਵੈਸੇ ਦਰਸ਼ਨ ਮੇਲੇ ਤੁਹਾਡੇ ਕਰਾਂਗੇ, ਕੋਈ ਪ੍ਰੋਗਰਾਮ ਵਗੈਰਾ ਅਸੀਂ ਟਰੱਕਾਂ ਵਾਲੇ ਕਰਨੇ ਹਾਂ, ਦਾ ਟਰੱਕ ਸ਼ੋਅ ਮਾਈਲਜ ਇਨ ਸਟਾਈਲ ਜਿਹੜਾ ਅਸੀਂ ਕਰਦੇ ਹਾਂ ਉੱਥੇ ਰਿਕਾਰਡ ਕਰਨੇ ਹਾਂ। ਨਾਲ ਦੀ ਨਾਲ ਜਿਹੜਾ ਹੈਗਾ ਸਾਡਾ ਬਿੱਕਰ ਬਾਦਸ਼ਾਹ ਸਾਹਿਬ, ਉਹ ਵੀ ਉੱਥੇ ਕੱਲ੍ਹ ਅਤੇ ਪਰਸੋਂ ਤੋਂ ਰਿਕਾਰਡ ਕਰਾਂਗੇ। ਬਾਕੀ ਕੋਈ ਨਵੇਂ ਸਾਲ ਦੀਆਂ ਵਧਾਈਆਂ ਟੀਵੀ 'ਤੇ ਕੋਈ ਦੇਣੀਆਂ ਚਾਹੁੰਦਾ, ਆਪਣੇ ਬਿਜਨਸ ਦੀਆਂ, ਬਿਜਨਸ ਕੋਈ ਵੀ ਇਹ ਕਰਦੇ, ਚਾਹੇ ਤੁਸੀਂ ਨਹੀਂ ਵੀ ਕਰਦੇ, ਚਾਹੇ ਸ਼ੌਕ ਹੈ ਤੁਹਾਨੂੰ ਟੀਵੀ 'ਤੇ ਆਉਣ ਦਾ, ਨਵੇਂ ਸਾਲ ਦੀਆਂ ਵਧਾਈਆਂ ਵੀ ਅਸੀਂ ਉੱਥੇ ਬਹੁਤ ਸਾਰੀਆਂ ਰਿਕਾਰਡ ਕਰਾਂਗੇ। ਸੋ ਮੇਰਾ ਨੰਬਰ ਜਿਹੜਾ ਤੁਸੀਂ ਨੋਟ ਕਰ ਸਕਦੇ ਹੋ, 209-450-33-62, 209-450-33-62, ਜਾਂ ਫਿਰ ਈਮੇਲ ਕਰ ਸਕਦੇ ਹੋ jaggi@jasbroadcasting.com, ਜਾਂ ਫਿਰ info@jasbroadcasting.com। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ, ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ।